ਮੈਂ ਸੀਨੀਅਰ ਮਹਿਮਾਨ ਹੁੰਦੇ ਨੇ, ਕੁਛ ਨਾਲ ਹੁੰਦੇ ਨੇ, ਅਤੇ ਸਟੇਜ ਦੇ ਉੱਤੇ ਸੋਫਾ ਲਾਇਆ ਜਾਂਦਾ, ਕੁਰਸੀਆਂ ਰੱਖੀਆਂ ਹੁੰਦੀਆਂ, ਸਾਰੇ ਬੈਠ ਕੇ ਉੱਥੇ ਗਰਾਊਂਡ ਵਿੱਚ ਖਿਡਾਰੀ ਖੇਡ ਖੇਡਦੇ, ਉਹਨਾਂ ਨੂੰ ਦੇਖਦੇ। ਜਿਹੜੇ ਆਪਣੇ ਵਿੱਚੋਂ ਮਾਲਕ ਕੋਲ ਚਲੇ ਗਏ ਅਤੇ ਉਹ ਦਰਸ਼ਕ ਬਣ ਜਾਣਗੇ। ਕੀ ਬਣ ਜਾਣਗੇ? ਮਾਲਕ ਕੋਲ ਬੈਠਣਗੇ, ਮਾਲਕ ਦੇ ਨਾਲ ਰਹਿਣਗੇ। ਹੁਣ ਗੁਰਮੁਖ ਪਿਆਰਿਓ, ਅੱਠ ਦਿਸ਼ਾ ਕਿਵੇਂ ਬਣਦੀਆਂ? ਇੱਕ ਇੱਧਰ ਬਣ ਗਈ, ਇੱਕ ਇੱਧਰ ਬਣ ਗਈ, ਇੱਕ ਇੱਧਰ ਬਣ ਗਈ, ਇੱਕ ਇਸ ਤਰ੍ਹਾਂ ਬਣ ਗਈ। ਇਹਨਾਂ ਦੇ ਵਿੱਚ ਫਿਰ ਇੱਕ 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 ਇੱਧਰ ਨੂੰ ਨਿਕਲ ਗਈ, ਇੱਕ ਇੱਧਰ ਨੂੰ ਨਿਕਲ ਗਈ, ਕਿਹਦੀ? ਇੱਕ ਇੱਧਰ ਨੂੰ, ਇੱਕ ਇੱਧਰ ਨੂੰ। ਕਿੰਨੀਆਂ ਬਣ ਗਈਆਂ ਜੀ? ਅੱਠ ਬਣ ਗਈਆਂ। ਇੱਕ ਉਹਨਾਂ ਨੇ ਸਾਰਾ ਸੈਂਟਰ ਲੈ ਲਿਆ ਅਤੇ ਉੱਪਰ ਲੈ ਲਿਆ, ਕੋਈ ਕਹਿੰਦਾ ਉੱਪਰ ਆ, ਕੋਈ ਕਹਿੰਦਾ ਇੱਥੇ ਸੈਂਟਰ 'ਚ। 10 ਹੋ ਗਈਆਂ ਜੀ। ਜੇ ਮਨ ਰਾਜੇ ਦੀ ਇੱਛਾ ਹੈ ਕਿ ਮੈਂ ਅੱਠਾਂ ਦਿਸ਼ਾਂ ਦੀ ਸੈਰ ਕਰਨੀ ਹੈ ਜਾਂ 10 ਦਿਸ਼ਾਵਾਂ ਦੀ ਸੈਰ ਕਰਨੀ ਹੈ, ਇਹਨੂੰ ਬਾਹਰ ਨਾ ਜਾਣਾ ਪਵੇ, ਉਹ ਇਹਨੂੰ ਸਿੱਧੀ ਦੇ ਦਿੱਤੀ, ਜਾ ਤੂੰ ਜਾ ਸਕਦੇ। ਪਰ ਇਹ ਕਹਿੰਦੇ ਮਤਹਿਤ ਕਰ ਦਿੱਤੀਆਂ ਨਾਮ ਦੇ, ਜਿਹਨੂੰ ਨਾਮ ਮਿਲੇਗਾ। ਨਾਮ ਕਿਸੇ ਨੇ, ਬਾਬੇ ਨੇ, ਕਿਸੇ ਸੰਤ ਨੇ, ਕਿਸੇ ਸੰਸਥਾ ਦੇ ਮੁਖੀ ਨੇ ਨਾਮ ਨਹੀਂ ਦੇਣਾ, ਨਾਮ ਦਾ ਭੇਦ ਦੇਣਾ। ਹਾਂ, ਜੇ ਉਹ ਮਾਲਕ ਨੂੰ ਮਿਲਿਆ ਹੋਇਆ ਹੋਏਗਾ, ਉਹ ਮਾਲਕ ਨੂੰ ਬੇਨਤੀ ਕਰੇਗਾ। ਕੀ ਕਰੇਗਾ ਜੀ? ਮਾਲਕ ਨੂੰ ਬੇਨਤੀ ਕਰੇਗਾ, ਸੱਚੇ ਪਾਤਸ਼ਾਹ ਮੈਂ ਵੀ ਤੇਰਾ ਬੱਚਾ, ਇਹ ਵੀ ਸਾਰੇ ਜਿਹੜੇ ਸੰਗਤ ਵਿੱਚ ਆਏ, ਇਹ ਵੀ ਤੇਰੇ ਬੱਚੇ, ਮਹਾਰਾਜ ਇਹਨਾਂ ਦੇ ਨਾਮ ਦੀ ਕਿਰਪਾ ਕਰਦੇ, ਤੂੰ ਕੀ ਨਹੀਂ ਕਰ ਸਕਦਾ? ਉਹ ਇਹ ਤਾਂ ਕਹਿ ਸਕਦਾ, ਪਰ ਨਾਮ ਕੋਲੋਂ ਨਹੀਂ ਦੇ ਸਕਦਾ। ਜਿਹੜਾ ਕੋਲੋਂ ਦਿੰਦਾ ਹੈ ਉਹ ਅੱਖਰੀ ਸ਼ਬਦ ਹੁੰਦਾ। ਕਿਹੜਾ ਹੁੰਦਾ ਜੀ? ਅੱਖਰੀ। ਜਿਵੇਂ ਸੱਤ ਪੁਰਖ, ਅਕਾਲ ਮੂਰਤ, ਆਤਮਾ ਰਾਮ, ਸੱਤ ਪੁਰਖ ਦਿਖਾਇਆ ਜੀ ਸਾਨੂੰ, ਪੜ੍ਹਿਆ ਹੀ ਹੈ ਨਾ, ਬੋਲਿਆ ਹੀ ਹੈ ਨਾ। ਸੱਤ ਪੁਰਖ, ਆਤਮਾ ਰਾਮ, ਪੜ੍ਹਿਆ ਹੀ ਹੈ ਨਾ, ਬੋਲਿਆ ਹੀ ਹੈ ਨਾ, ਰਟਨ ਕੀਤਾ। ਆਤਮਾ ਰਾਮ ਦੇਖਿਆ ਤਾਂ ਨਹੀਂ ਨਾ, ਦਿਖਾਇਆ ਕਿਸੇ ਨੇ? ਨਹੀਂ ਦਿਖਾਇਆ। ਜਿਵੇਂ ਹੁਣ ਆਪਾਂ ਨੂੰ ਗੁਰਮੰਤਰ ਦਿੱਤਾ ਵਾਹਿਗੁਰੂ, ਆਪਾਂ ਕਹਿੰਦੇ ਵਾਹਿਗੁਰੂ, ਅੱਖਰੀ ਹੈ ਨਾ, ਪਰ ਵਾਹਿਗੁਰੂ ਦੇਖਿਆ ਤਾਂ ਨਹੀਂ ਨਾ ਕਿ ਦੇਖਿਆ ਜੀ? ਚਲੋ ਹੁਣ ਤੁਹਾਡੇ ਵਿੱਚੋਂ ਤਾਂ ਦੇਖਿਆ, ਕਿਰਪਾ ਮਾਲਕ ਦੀ। ਆਪ ਸਾਰੇ ਨਹੀਂ ਕਹਿ ਸਕਦੇ ਵੀ ਨਹੀਂ, ਚਲੋ ਹੌਲੀ ਹੌਲੀ ਭੇਦ ਖੁੱਲ ਜਾਏਗਾ ਹੈ ਨਾ, ਜਿਹਨਾਂ ਨੂੰ ਨਹੀਂ ਅਜੇ। ਅਤੇ ਉਹ ਜੇ ਵਾਹਿਗੁਰੂ ਆਪਾਂ ਕਹਿੰਦੇ ਹਾਂ ਤਾਂ ਆਪਾਂ ਕੋਸ਼ਿਸ਼ ਵੀ ਕਰਦੇ ਹਾਂ ਵੀ ਆਹ ਵਾਹਿਗੁਰੂ ਦਿਸਦਾ ਨਾ, ਜਦੋਂ ਅੱਖਾਂ ਕਲੋਜ਼ ਕਰਦੇ ਹਾਂ ਇੱਕ ਅਲੱਗ ਦਿਖਾਈ ਦਿੰਦੀ, ਐਨ ਪ੍ਰਕਾਸ਼ ਦੇ। ਅੱਛਾ ਜੀ, ਹੁਣ ਇਹ ਪ੍ਰੈਕਟੀਕਲ ਗਾਂਹ ਦੱਸਿਆ ਨਹੀਂ ਕਿ ਹੁਣ ਨਾਮ ਜਿਹੜਾ ਹੈ, ਨਾਮ ਕੋਈ ਵਿਅਕਤੀ, ਕੋਈ ਸੰਤ, ਸਾਧੂ, ਭਗਤ ਨਾਮ ਨਹੀਂ ਦੇ ਸਕਦਾ। ਕੀ ਦੇ ਸਕਦਾ? ਨਾਮ ਦਾ ਭੇਦ ਦੇ ਸਕਦਾ। ਜਿਵੇਂ ਹੁਣ ਤੁਹਾਡੇ ਵਿੱਚੋਂ ਨਵੇਂ ਗੁਰਮੁਖ ਨੂੰ ਕੰਨਾਂ ਵਿੱਚ ਧੁੰਨ ਸੁਣਨ ਲੱਗ ਗਈ ਅਤੇ ਉਹਨੇ ਆਣ ਕੇ ਪੁੱਛਿਆ ਜੀ ਮੇਰੇ ਕੰਨਾਂ 'ਚ ਐਂ ਆਵਾਜ਼ ਸੁਣਦੀ, ਫਿਰ ਆਪਾਂ ਕਹਿੰਦੇ ਜੀ ਕਿਸ ਤਰ੍ਹਾਂ ਦੀ ਸੁਣਦੀ? ਜੇ ਤਾਂ ਕਹੋਗਾ ਮੈਨੂੰ ਕੰਨਾਂ 'ਚ ਮਹਿਸੂਸ ਹੁੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਾਂ ਕਹੇਗਾ ਵੀ ਮੇਰੇ ਕੰਨਾਂ 'ਚ ਮਹਿਸੂਸ ਹੁੰਦਾ ਸੱਤ ਪੁਰਖ, ਅਕਾਲ ਪੁਰਖ, ਹਾਂਜੀ, ਸ਼ਬਦ ਸਰੂਪੀ ਰਾਮ, ਅਤੇ ਫਿਰ ਝਿਜਕਣਾ ਨਹੀਂ, ਫਿਰ ਕਲੀਅਰ ਕਰਨਾ ਵੀ ਇਹ ਨਾਮ ਨਹੀਂ, ਇਹ ਨਾਮ ਨਹੀਂ। ਅਤੇ ਜੇ ਆਪਾਂ ਪੁੱਛਿਆ, ਦੂਸਰੇ ਨੂੰ ਪੁੱਛਿਆ, ਉਹ ਕਹਿੰਦਾ ਹਾਂਜੀ ਕੰਨਾਂ 'ਚ ਆਵਾਜ਼ ਸੁਣਦੀ ਹੈ, ਆਪਾਂ ਪੁੱਛਿਆ ਕਿਸ ਤਰ੍ਹਾਂ ਸੁਣਦੀ ਹੈ, ਫਿਰ ਉਹ ਕਹਿੰਦਾ ਜੀ ਇਸ ਤਰ੍ਹਾਂ ਸੁਣਦੀ ਹੈ ਜਿਵੇਂ ਨਾ ਸਰੰਗੀ ਵੱਜਦੀ, ਜਿਵੇਂ ਰਬਾਬ ਵੱਜਦੀ, ਜਿਵੇਂ ਸੰਖ ਗੂੰਜਦਾ, ਜਿਵੇਂ ਘੁੰਗਰੂ ਛਣਕਦੇ ਆ, ਜਿਵੇਂ ਬੰਸਰੀ ਵੱਜਦੀ ਹੈ, ਜਿਵੇਂ ਘੜਿਆਲ ਵੱਜਦਾ, ਜਿਵੇਂ ਬੱਦਲ ਗੱਜਦੇ ਨੇ, ਹਾਂਜੀ। ਅਤੇ ਫਿਰ ਉਹਨਾਂ ਨੂੰ ਕਹੀਦਾ ਜੀ ਇਹ ਆ ਨਾ, ਇਹ ਆ ਅਨਹਦ ਵਾਜੇ। ਕੀ ਆ ਜੀ? ਇਹਨਾਂ ਨੂੰ ਸੁਣਿਆ ਕਰੋ, ਕਿਉਂਕਿ ਜਿਹੜਾ ਸੁਣ ਜਿਹਨੂੰ ਸੁਣੇਗੀ, ਫਿਰ ਆਪਾਂ ਉਹਨੂੰ ਕਹਾਂਗੇ ਵੀ ਗੁਰਮੁਖ ਆਉਂ ਕਰੋ, ਕਾਪੀ ਚੱਕੋ, ਪੈਨ ਚੱਕੋ ਅਤੇ ਇਹਨੂੰ ਲਿਖੋ। ਅਤੇ ਉਹ ਫਿਰ ਆਪ ਕਹੇਗਾ ਜੀ ਨਹੀਂ, ਕੀ ਲਿਖਣਾ, ਲਿਖਣ ਵਾਲੀ ਹੋਵੇ ਤਾਂ ਲਿਖਾਂ, ਜੇ ਡੈਡੀ ਲਿਖਿਆ ਹੋਵੇ ਹੈ ਨਾ, ਤੇਰੀ ਮੈਂ ਲਿਖਿਆ, ਡੈਡੀ ਸੁਣਦਾ ਹੋਵੇ ਤਾਂ ਲਿਖਾਂ, ਕਹਿੰਦੇ ਜੀ ਇਹ ਤਾਂ ਇੱਕ ਤੀ ਕਰਕੇ ਆਵਾਜ਼ ਆਈ ਜਾਂਦੀ ਹੈ ਨਾ, ਲਗਾਤਾਰ ਆ ਰਹੀ, ਉਹਨੂੰ ਸਹਿਜ ਧੁਨ ਕਹਿੰਦੇ ਨੇ, ਤੇਰਾ ਮੁੱਖ ਸੁਭਾਅ ਆ ਜੀ ਉਹ ਸਹਿਜ ਧੁਨ। ਜੇ ਉਹ ਲਿਖਣ ਪੰਚ ਨਹੀਂ ਆਉਣੀ ਤਾਂ ਹੀ ਗੁਰੂ ਮਹਾਰਾਜ ਕਹਿੰਦੇ ਨੇ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ, ਐਸਾ ਨਾਮ ਰੰਜਨ ਹੋਏ ਜੇ ਕੋ। ਦੇਖੋ ਗੁਰੂ ਮਹਾਰਾਜ ਉਦੋਂ ਕਹਿ ਕੇ ਗਏ ਨੇ, ਕਹਿੰਦੇ ਜੇ ਕੋਈ ਮਨ ਜਾਣੇ ਤਾਂ ਠੀਕ ਹੈ, ਨਾ ਜਾਣੇ ਧੱਕੇ ਨਾਲ ਤਾਂ ਨਹੀਂ ਆਪਾਂ ਕਿਸੇ ਨੂੰ ਮਨਾ ਸਕਦੇ, ਹਾਂਜੀ।
ਕਦੋਂ ਸਮਝਾ ਕੇ ਗਏ, ਹੁਣ ਵੀ ਗੁਰੂ ਮਹਾਰਾਜ ਜੀ ਬੋਲ ਰਹੇ ਆ ਨਾ, ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਰਹੇ ਹਾਂ, ਆਪਾਂ ਨੌਕਰ ਬਣ ਕੇ ਪੁੱਛ ਰਹੇ ਹਾਂ ਤੇ ਉਹ ਦੱਸੀ ਜਾ ਰਹੇ ਨੇ, ਤੇ ਮੈਨੂੰ ਤਾਂ ਮੇਰਾ ਤਾਂ ਮਨ ਮੰਨ ਗਿਆ ਵੀ ਨਾਮ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ, ਤੇ ਅਸੀਂ ਤੁਹਾਨੂੰ ਸੰਗਤ ਨੂੰ ਦੱਸਿਆ ਵਿੱਚ ਤੁਹਾਡਾ ਵੀ ਮਨ ਮੰਨ ਗਿਆ ਵੀ ਵਾਕਿਆ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ, ਤੇ ਹੁਣ ਵਿੱਚ ਆਇਆ ਦਾ ਜੇ ਕਿਸੇ ਦਾ ਨਾਮ ਮੰਨੇ ਤੇ ਆਪਾਂ ਉਹਨੂੰ ਫੜ ਕੇ ਵੀ ਧੱਕੇ ਨਾਲ, ਹਾਂ ਜਿੱਦਣ ਉਹਨੂੰ ਸੁਣ ਲੱਗ ਗਿਆ ਫਿਰ ਆਪੇ ਭੱਜਿਆ ਵੀ ਹੁਣ ਗਾਂਹ ਬਾਰੇ ਪੁੱਛੀਏ ਵੀ ਉਹ ਤਾਂ ਜੀ ਹੁਣ ਸੁਣ ਲੱਗ ਗਈ ਆਵਾਜ਼, ਭਾਵੇਂ ਵਿੱਚੋਂ ਗੈਰ ਹਾਜ਼ਰੀ ਰਹੇ ਪਰ ਜਦੋਂ ਕਿਰਪਾ ਹੋਈ ਫਿਰ ਉਹਨੂੰ ਕੋਈ ਨਾ ਕੋਈ ਲੱਭਣਾ ਪੈਣਾ ਵੀ ਗੁਰਮੁਖ ਕੋਈ ਜਿਹੜਾ ਅਨਹਦਰ ਦਾ ਨਾਮ ਦਾ ਸ਼ਬਦ ਦਾ ਭੇਦ ਦੇਵੇ, ਫਿਰ ਉਹਦੀ ਆਪਾਂ ਭਾਲ ਕਰਦੇ ਹਾਂ ਖੋਜ ਕਰਦੇ ਹਾਂ। ਅਸੀਂ ਵੀ ਖੋਜ ਕੀਤੀ ਸੀ, ਸਾਨੂੰ ਗੁਰਮੁਖਾਂ ਨੂੰ ਮਿਲਣ ਤੋਂ ਪਹਿਲਾਂ ਅਨਹਦ ਸ਼ਬਦ ਸੁਣੇ ਜੀ, ਪ੍ਰਕਾਸ਼ ਹੋਇਆ ਲੇਕਿਨ ਭੇਦ ਨਹੀਂ ਸੀ, ਲੇਕਿਨ ਭੇਦ ਨਹੀਂ ਸੀ ਵੀ ਕੀ ਹੈ, ਪਰ ਖੁਸ਼ੀ ਬੜੀ ਸੀ। ਅਗਲੇ ਦਿਨ ਚਾਹ ਖੁਸ਼ੀ ਬੜੀ ਜ਼ਿਆਦਾ, ਫਿਰ ਮੈਂ ਅਸੀਂ ਆਸੇ ਪਾਸੇ ਜਾਣਾ ਸ਼ੁਰੂ ਕੀਤਾ ਵੀ ਸਾਨੂੰ ਕੋਈ ਦੱਸੋ ਜੀ, ਮੰਗ ਕੋਈ ਨਹੀਂ ਰਹਿ ਗਈ, ਅੱਗੇ ਜਾ ਕੇ ਕਹਿਣਾ ਮਹਾਰਾਜ ਵੀ ਨੌਕਰੀ ਮਿਲ ਜਾਏਗੀ, ਹੈ ਨਾ ਮਹਾਰਾਜ ਹੈ ਆਹ ਕੰਮ ਹੋ ਜਾਏਗਾ ਨਾ ਆਹ ਹੋ ਜਾਏ, ਅਤੇ ਜਦੋਂ ਭੇਦ ਖੁੱਲਿਆ ਫਿਰ ਸਾਰੀਆਂ ਮੰਗਾਂ ਖਤਮ ਅਤੇ ਮੰਗ ਇੱਕੋ ਹੀ ਰਹਿ ਗਈ, ਮਹਾਰਾਜ ਤੈਨੂੰ ਮੈਂ ਦੁਨੀਆ ਬਣਾਉਣ ਵਾਲਿਆ ਤੈਨੂੰ ਮਿਲਣਾ, ਕਰਤਾ ਪੁਰਖ ਤੈਨੂੰ ਮਿਲਣਾ ਕਿਰਪਾ। ਉਹ ਫਿਰ ਕਹਿੰਦਾ ਉਹਨੇ ਵੀ ਤਸੱਲੀ ਕਰਾਉਣੀ, ਕਹਿੰਦਾ ਆਸੇ ਪਾਸੇ ਗੇੜਾ ਮਾਰ ਲਾ ਨੇੜੇ ਤੇੜੇ ਦੂਰ ਦੁਰਾਡੇ ਜਾਇਆ, ਅਤੇ ਮੈਂ ਜੀ ਫਿਰ ਤੁਹਾਨੂੰ ਯਕੀਨ ਕਰਿਓ ਅੱਧੀ ਅੱਧੀ ਰਾਤ ਨੂੰ ਮੈਂ ਘਰੇ ਆਉਂਦਾ ਸੀ ਅਤੇ ਘਰਦੇ ਕਹਿੰਦੇ ਸੀ ਕਿੱਥੋਂ ਆਉਂਦੇ ਵੀ ਹਨੇਰਾ ਹੋ ਜਾਂਦਾ ਤੁਹਾਨੂੰ, ਅਤੇ ਇੰਨੀ ਲਗਨ ਲੱਗ ਗਈ ਕਦੀ ਉਹ ਸੰਤ ਮਹਾਤਮਾ ਕੋਲ ਕਦੀ ਉਹ ਸੰਤ ਮਹਾਤਮਾ ਕੋਲ ਵੀ ਕਲੀਅਰ ਹੋ ਜਾਵੇ। ਐਂ ਫਿਰ ਇੱਕ ਦਿਨ ਗੁਰਮੁਖਾਂ ਦਾ ਸਹਿਯੋਗ ਸੰਗਤ ਵਿੱਚ ਉਹ ਵਿਚਾਰ ਕਰਦੇ ਪਏ ਸੀ ਅਤੇ ਮੈਂ ਵਿੱਚ ਬੈਠੇ, ਕੋਈ ਮੇਰੀ ਜਾਣ ਪਛਾਣ ਨਹੀਂ ਸੀ, ਮੈਂ ਪਹਿਲਾਂ ਕਦੀ ਮਿਲਿਆ ਹੀ ਨਹੀਂ ਸੀ, ਅਤੇ ਜਦੋਂ ਮੈਨੂੰ ਉਹਨਾਂ ਦੀ ਗੱਲ ਅੱਧਾ ਘੰਟਾ ਉਹਨਾਂ ਨੂੰ ਸਮਾਂ ਮਿਲਿਆ ਅਤੇ ਮੈਂ ਕਿਸੇ ਹੋਰ ਜ਼ਰੀਏ ਕਾਰਨ ਕਰਕੇ ਗਿਆ ਸੀ, ਮੈਨੂੰ ਜਦੋਂ ਸੁਣਿਆ ਮੈਂ ਇਹ ਗੱਲ ਆ ਸਿਰੇ ਦੀ ਗੱਲ, ਪਰ ਹਜੇ ਪੂਰੀ ਸਮਝ ਨਹੀਂ ਪਈ, ਹਜੇ ਪੂਰੀ ਦਿਲ ਦਿਮਾਗ 'ਚ ਗੱਲ ਬੈਠੀ ਨਹੀਂ ਵੀ ਇਹਨਾਂ ਦਾ ਐਡਰੈਸ ਲਈਏ। ਫਿਰ ਉੱਠ ਕੇ ਜੀ ਫਟਾਫਟ ਵੀ ਕਿਤੇ ਚਲੇ ਨਾ ਜਾਣ ਵੀ ਐਡਰੈਸ ਤਾਂ ਲਈਏ, ਫਿਰ ਵਾਹਿਗੁਰੂ ਐਡਰੈਸ ਲਿਆ। ਹਾਂਜੀ ਫਿਰ ਜੋ ਮੇਰੇ ਸਵਾਲ ਸੀ ਵਲਵਲੇ ਸੀ ਉਹ ਮੈਂ ਗੁਰਬਾਣੀ ਤੋਂ ਬਾਹਰ ਨਹੀਂ ਗੱਲ ਮੰਨੀ, ਜੇ ਤੁਸੀਂ ਮੈਨੂੰ ਸਮਝਾਉਣਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਮੁਤਾਬਕ ਸਮਝਾਉਣਾ, ਗੁਰਬਾਣੀ ਤੋਂ ਬਾਹਰ। ਫਿਰ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ, ਕਹਿੰਦੇ ਜੀ ਗੁਰਬਾਣੀ ਤੋਂ ਬਾਹਰ ਅਸੀਂ 5% ਤੱਕ ਹੀ, ਜੇ 1-2% ਵੀ ਚਲੇ ਜਾਈਏ ਤੁਸੀਂ ਸਾਡੇ ਕੋਲ ਆਇਓ ਨਾ, ਮਨ ਨੂੰ ਵਿਸ਼ਵਾਸ ਹੋਇਆ। ਫਿਰ ਪ੍ਰੈਕਟੀਕਲ ਜਦੋਂ ਕਰ ਲਿਆ ਫਿਰ ਕੋਈ ਸ਼ੱਕ ਰਹਿ ਨਹੀਂ। ਹੁਣ ਗੁਰਮੁਖ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਜੀ ਮਨ ਨੂੰ ਸਮਝਾ ਰਹੇ ਨੇ, ਸਾਰਾ ਖੇਲ ਕਹਿੰਦਾ ਜੀ ਮਨ ਦਾ ਅਦਿੱਖ ਦਾ ਖੇਲ, ਗੁਰਬਾਣੀ ਗੁਰੂ ਅੱਖਰੀ ਸ਼ਬਦਾਂ ਦੇ ਵਿੱਚ ਸਮਝਾਉਣਾ ਕਰ ਗਏ ਆਪਾਂ ਨੂੰ, ਗੁਰੂ ਸਾਹਿਬਾਨ ਅਤੇ ਭਗਤ ਜਨ ਇਹ ਬਹੁਤੇ ਖੇਡ ਆ, ਇਸ ਖੇਲ ਨੂੰ ਸਮਝੋ ਇਹਨੂੰ ਜਿੱਤੋ। ਹਾਂਜੀ ਇਹ ਆਵਾਗਮਨ ਦਾ ਚੱਕਰ ਹੈ, ਤੁਸੀਂ ਆਵਾਗਮਨ ਦੇ ਚੱਕਰ ਮਿਟਾ ਲਓ, ਜਨਮ ਮਰਨ ਖੰਡਨ ਕਰ ਦਿਓ, ਅਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਾਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ ਬਹੁਤ ਸੁਖ ਖੰਡਨ, ਜਨਮ ਮਰਨ ਖੰਡਨ ਕਰ ਲਓ। ਮੌਕਾ ਹੈ ਤੁਹਾਡੇ ਕੋਲ, ਹੁਣ ਕਿਹੜਾ ਮੌਕਾ ਜੀ, ਮਨੁੱਖਾ ਦੇਹੀ ਆਪਾਂ ਨੂੰ ਮਿਲੀ ਹੋਈ, ਪਤਾ ਨਹੀਂ ਅਗਲਾ ਸਾਹ ਆਵੇ ਕਿ ਨਾ ਆਵੇ, ਆਮ ਆਦਮੀ ਹਾਂ, ਮਨਿਆਦ ਬੜੀ ਰੱਖੀ ਹੁੰਦੀ ਆਪਣੀ, ਅਗਲੇ ਸਾਲ ਆ ਕਰਾਂਗੇ, ਉਦੋਂ ਅਗਲੇ ਸਾਲ ਫਲਾਣੇ ਦੀ ਵਿਆਹ ਕਰਾਂਗੇ, ਖੰਡ ਪਾਠ ਰਖਾਵਾਂਗੇ, ਹੈ ਨਾ ਮਨਿਆਦ ਬੜੀ ਰੱਖੀ ਹੋਈ। ਅਤੇ ਮਹਾਰਾਜ ਕਹਿੰਦੇ ਇੰਨੀ ਨਾ ਰੱਖੋ ਮਨਿਆਦ, ਇੰਨੀ ਰੱਖੋ ਕਿ ਇੱਕ ਸਾਹ ਆ ਗਿਆ ਦੂਜਾ ਪਤਾ ਨਹੀਂ ਮਾਲਕ ਨੇ ਦੇਣਾ ਜਾਂ ਸਵਾਸਥ ਮਾਲਕ ਦੇ ਦੇਣਾ। ਜਦੋਂ ਤੁਸੀਂ ਇਸ ਮਨ ਵਿੱਚ ਠਾਣ ਲਈ ਹਰ ਇੱਕ ਸਾਹ ਤੋਂ ਵੀ ਆਹ ਆ ਗਿਆ, ਅਗਲੇ ਦਿਨ ਆ ਕਿਤੇ ਸਾਹ ਲਈ ਅਗਲਾ ਆ ਗਿਆ, ਇੱਡੂ ਗਾਂਹ ਵਾਲੇ ਦਿਨ ਸਾਹ ਲਈ, ਹੈ ਨਾ ਅਤੇ ਫਿਰ ਨਹੀਂ ਰੱਬ ਭੁੱਲਦਾ। ਅਤੇ ਜਦੋਂ ਆਪਾਂ ਬੇਪਰਵਾਹ ਹੋ ਜਾਂਦੇ ਹਾਂ ਅਤੇ ਫਿਰ ਉੱਦਣ ਹੀ ਪਤਾ ਲੱਗਦਾ, ਜਿੱਦਣ ਕਹੀਦਾ ਅਖਬਾਰ 'ਚ ਫੋਟੋ ਲੱਗੀ ਹੁੰਦੀ ਕਹੀਦਾ ਵੀ ਇਹ ਕੱਲ੍ਹ ਤਾਂ ਮਿਲਿਆ, ਪਿੰਡ 'ਚ ਵੀ ਪਵਾ ਕਹਿੰਦੇ ਕੱਲ੍ਹ ਤਾਂ ਮੈਨੂੰ ਮਿਲਿਆ ਸੀ ਅੱਜ ਆਹ ਹੋ ਗਿਆ।
ਇਸ ਕਰਕੇ ਛੇਤੀ ਤੋਂ ਛੇਤੀ ਸਾਰੇ ਸੰਸਾਰ ਤੇ ਜਿੰਨੇ ਆਪਾਂ ਆਏ ਹੋਏ ਹਾਂ, ਸਾਰੀ ਦੁਨੀਆ ਹੀ ਆਪਣੇ ਭੈਣ ਭਰਾ ਨੇ, ਸਾਰੀ ਦੁਨੀਆ ਹੀ ਆਪਣੇ ਭੈਣ ਭਰਾ ਨੇ, ਪਰ ਜਿੰਨੇ ਆਏ ਆਪਾਂ ਸਾਰਿਆਂ ਨੇ ਜਾਣਾ ਹੈ, ਜਾਣਾ ਵਾਰੀ ਵਾਰੀ ਹੈ, ਜਾਣਾ ਵਾਰੀ ਵਾਰੀ ਜਾਣਾ। ਤੇ ਜਦੋਂ ਆਪਾਂ ਨੂੰ ਪਤਾ ਹੀ ਹੈ ਵੀ ਜਾਣਾ ਹੈ, ਤੇ ਫਿਰ ਜਿਉਂਦੇ ਜੀ ਆਪਾਂ ਉਹ ਇਲਾਕਾ ਦੇਖ ਲਈਏ ਜਿੱਥੇ ਜਾਣਾ, ਉਹ ਇਲਾਕਾ ਜਿੱਥੋਂ ਆਏ ਹਾਂ ਉੱਥੇ ਜਾਣਾ, ਤੇ ਜੇ ਉਹ ਨਹੀਂ ਦੇਖਦੇ ਜਿੱਥੋਂ ਆਏ ਹਾਂ ਉਹ ਇਲਾਕਾ ਜਿਉਂਦੇ ਜੀ ਨਹੀਂ ਦੇਖਦੇ, ਫਿਰ ਗਰੰਟੀ ਨਹੀਂ ਕਿ ਜਿੱਥੋਂ ਆਏ ਹਾਂ ਉੱਥੇ ਜਾਵਾਂਗੇ। ਫਿਰ ਕਿੱਧਰ ਜਾਵਾਂਗੇ? ਜੂਨਾਂ 'ਚ ਜਾਵਾਂਗੇ, ਮਾਲਕ ਕੋਲ ਨਹੀਂ ਜਾਵਾਂਗੇ। ਇਹ ਜਿਉਂਦੇ ਜੀ ਤੁਸੀਂ ਮੁਕਤ ਨਹੀਂ ਹੋਏ, ਮਰਿਆ ਮੁਕਤ ਨਹੀਂ ਹੋਣਾ, ਸਰੀਰ ਛੱਡਣ ਤੋਂ ਬਾਅਦ ਮੁਕਤੀ ਨਹੀਂ ਹੈ। ਵਿਚਾਰਾਂ ਤੋਂ ਰਹਿਤ ਹੋ ਕੇ ਸੱਚ ਵਿੱਚ ਸਮਾਉਣਾ। ਹੁਣ ਗੁਰੂ ਪਿਆਰਿਓ ਮਨ ਬੱਚੇ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਸਮਝਾ ਰਹੇ ਨੇ, ਕਹਿੰਦੇ ਪੁੱਤ ਤੈਨੂੰ ਮਹਿਲ 'ਚੋਂ ਬਾਹਰ ਨਾ ਜਾਣਾ ਪਵੇ, ਤੈਨੂੰ ਮਹਿਲ ਦੇ ਵਿੱਚ ਇਹੋ ਜਿਹਾ ਮੌਸਮ ਦਿਆਂਗੇ ਵੀ ਹਰ ਵਕਤ ਇੱਥੇ ਮਿੱਠੀ ਮਿੱਠੀ ਕਣੀ ਪੈਂਦੀ ਰਹੇ, ਛੋਟਾ ਛੋਟਾ ਨਾ ਬਰੀਕ ਬਰੀਕ ਬੂੰਦ ਬਾਰਿਸ਼ ਹੁੰਦੀ ਰਹੇ। ਦੇਖੋ ਕਿੰਨੀਆਂ ਸੁੱਖ ਸਹੂਲਤਾਂ ਰੱਖੀਆਂ, ਔਰ ਐਡਾ ਸੋਹਣਾ ਬਣਾਵਾਂਗੇ ਕਿ ਹਨੇਰਾ ਹੀ ਨਾ ਹੋਵੇ, ਪ੍ਰਕਾਸ਼ ਹੀ ਪ੍ਰਕਾਸ਼ ਹੋਵੇ। ਅਤੇ ਜਦੋਂ ਹੁੰਦਾ ਪ੍ਰਕਾਸ਼ ਦੀ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ, ਫਿਰ ਕਹਿੰਦੇ ਉੱਥੇ ਵਰਖਾ ਹੋਏਗੀ, ਚਿਮ ਚਿਮ ਬਰਸੇ ਅੰਮ੍ਰਿਤ ਧਰ, ਚਿਮ ਚਿਮ ਬਰਸੇ, ਨਿੱਕੀ ਨਿੱਕੀ ਬੂੰਦ ਵਰਖਾ ਹੁੰਦੀ ਰਹੇਗੀ ਹੁੰਦੀ ਰਹੇਗੀ। ਕਹਿੰਦੇ ਉਹ ਮਹਿਲ ਦੇ ਵਿੱਚ, ਨਿੱਜ ਘਰ ਮਹਿਲ ਦੇ ਵਿੱਚ, ਫਿਰ ਉਹ ਕਹਿਣ ਲੱਗੇ ਕਹਿੰਦੇ ਪੁੱਤ ਵੀ ਤੇਰੀ ਜਿਹੜੀ ਖੁਰਾਕ ਆ ਇਹ ਵੀ ਨਿੱਜ ਮਹਿਲ 'ਚ ਹੀ ਹੈ, ਤੈਨੂੰ ਬਾਹਰ ਨਾ ਜਾਣਾ ਪਵੇ। ਫਿਰ ਮਨ ਬੱਚਾ, ਮਨ ਦੀ ਖੁਰਾਕ ਕਿਹੜੀ ਹੈ ਜੀ? ਨਾਮ ਰਸ, ਹਰ ਰਸ, ਆਤਮਕ ਰਸ, ਬ੍ਰਹਮ ਰਸ, ਇਹ ਮਨ ਦੀ ਖੁਰਾਕ। ਤਨ ਦੀ ਖੁਰਾਕ ਜਿਹੜੀ ਹੈ ਉਹ ਹੈ ਰੋਟੀ ਦਹੀਂ ਲੱਸੀ ਫਲ ਫਰੂਟ, ਇਹ ਤਨ ਦਿਸਦਾ ਹੈ ਅਤੇ ਤਨ ਦੀ ਖੁਰਾਕ ਵੀ ਦਿਸਦੀ ਹੈ, ਮਨ ਦਿਸਦਾ ਨਹੀਂ ਅਤੇ ਮਨ ਦੀ ਖੁਰਾਕ ਵੀ ਦਿਸਦੀ ਨਹੀਂ। ਉਹ ਜਿਹੜੀ ਜੀਭ ਦੱਸਦੀ ਹੈ ਵੀ ਬਿਨਾਂ ਮਿੱਠਾ ਖਾਧੇ ਠੰਡੀ ਠੰਡੀ ਜੀਭ ਹੋ ਗਈ, ਮਿੱਠਾ ਮਿੱਠਾ ਲਾਰ ਜਿਹੜੀ ਅੰਦਰ ਬਣ ਗਈ ਹੈ ਮਿੱਠੀ ਮਿੱਠੀ ਹੋ ਗਈ, ਉਹ ਮਨ ਦੀ ਖੁਰਾਕ, ਠੀਕ ਹੈ ਜੀ। ਉਹਦੇ ਬਾਰੇ ਫਿਰ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਕਹਿੰਦੇ ਮਨ ਕਾ ਤੋਸਾ, ਤੋਸਾ ਕਿਹਨੂੰ ਕਹਿੰਦੇ ਜੀ? ਭੋਜਨ ਨੂੰ, ਖੁਰਾਕ ਨੂੰ। ਮਨ ਕਾ ਤੋਸਾ ਹਰ ਨਾਮ ਹੈ, ਮਨ ਦਾ ਭੋਜਨ ਕੀ ਹੈ? ਹਰ ਨਾਮ। ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੁਕ ਸਮਾਲ, ਇਹ ਖਰਚ ਖੁੱਟ ਹੈ ਗੁਰਮੁਖ ਨਿਬੇ ਨਾਮ। ਉਹ ਹਰ ਰਸ ਹੈ ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਉਹਨੂੰ ਫਿਰ ਕਹਿੰਦੇ ਇਹ ਰਸਨਾ ਨੂੰ, ਕਹਿੰਦੇ ਇਹ ਰਸਨਾ ਦੱਸਦੀ ਹੈ ਨਾ ਵੀ ਮਿੱਠਾ ਹੈ, ਇਹ ਰਸਨਾ ਦੱਸਦੀ ਹੈ ਵੀ ਫਿੱਕਾ ਹੈ, ਇਹ ਰਸਨਾ ਦੱਸਦੀ ਹੈ ਵੀ ਲੂਣ ਜ਼ਿਆਦਾ ਹੈ ਸਬਜ਼ੀ 'ਚ, ਕੀ ਦੱਸਦੀ ਹੈ ਰਸ। ਫਿਰ ਇਹਨੂੰ ਕਹਿੰਦੇ ਕਹਿੰਦੇ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੈ ਕਿਤੇ, ਜੇ ਚਰ ਹਰ ਰਸ ਭਰੇ ਨਾ ਪਾਏ। ਕਹਿੰਦੇ ਉਨੀ ਦੇਰ ਤੇਰੀ ਪਿਆਸ ਨਹੀਂ ਜਾਏਗੀ ਜਿੰਨੀ ਦੇਰ ਹਰ ਰਸ ਤੈਨੂੰ ਨਹੀਂ ਮਿਲਦਾ। ਇਹ ਹਰ ਰਸ ਨਾਮ ਰਸ ਇਹ ਮਨ ਦੀ ਖੁਰਾਕ, ਜੈ ਮਾਰਗ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਹਰੀ ਦਾ ਨਾਮ ਜਿਹੜਾ ਹੈ ਉਹ ਮਨ ਦੀ ਖੁਰਾਕ ਹੈ, ਜਦੋਂ ਸਰੀਰ ਤੋਂ ਵੱਖ ਹੁੰਦੇ ਹਾਂ ਫਿਰ ਉੱਥੇ ਸਾਨੂੰ ਮਾਲਕ ਉਹ ਖੁਰਾਕ ਦਿੰਦਾ, ਜਦੋਂ ਸਰੀਰ ਤੋਂ ਵੱਖ ਹੁੰਦੇ। ਇਹ ਵੀ ਖੁਰਾਕ ਜਿਹੜੀ ਸੀ ਉਹ ਵੀ ਨਿੱਜ ਮਹਿਲ ਵਿੱਚ ਰੱਖ ਦਿੱਤੀ। ਫਿਰ ਇਹਨੂੰ ਕਹਿ ਦਿੱਤਾ ਕਹਿੰਦੇ ਪੁੱਤ ਅੰਦਰ ਕੁੰਡ ਭਰ ਕੇ ਸਮੁੰਦਰ ਰੱਖ ਦਿੱਤਾ, ਜਿੰਨਾ ਮਰਜ਼ੀ ਕੱਢ ਕੇ ਪੀ ਲਾ, ਜਿਵੇਂ ਦੇਵਤਿਆਂ ਨੇ ਤੇ ਰਾਕਸ਼ਾਂ ਨੇ ਸਮੁੰਦਰ ਰਿੜਕਿਆ ਸੀ, ਸਾਰੇ ਸਮੁੰਦਰ ਦੇ ਵਿੱਚੋਂ ਇੱਕ ਘੜਾ, ਹਿੰਦੀ 'ਚ ਉਹਨੂੰ ਕੰਸ਼ ਕਹਿੰਦੇ ਘੜੇ ਨੂੰ, ਇੱਕ ਕੰਸ਼ ਇੱਕ ਘੜਾ ਅੰਮ੍ਰਿਤ ਦਾ ਨਿਕਲਿਆ ਸੀ। ਤੇ ਮਹਾਰਾਜ ਕਹਿੰਦੇ ਪੁੱਤ ਤੇਰੇ ਅੰਦਰ ਜਿੰਨਾ ਮਰਜ਼ੀ ਕੱਢ ਕੇ ਪੀ ਲਾ, ਪਰ ਨਾਲ ਇਹ ਵੀ ਹਦਾਇਤ ਕੀਤੀ ਹੈ ਵੀ ਸਹਿਜ ਸਹਿਜ ਨਾ ਰਿੜਕੀ, ਕਿਤੇ ਇਹ ਨਾ ਹੋਵੇ ਵੀ ਉਹ ਬਾਹਰ ਡੁੱਲ ਜੇ। ਕਈ ਵਾਰੀ ਉਹ ਲਾਇਆ ਹੁੰਦਾ ਨਾ ਚੱਟ ਲੱਸੀ, ਉਹ ਰਿੜਕਦੇ ਆ ਮਧਾਣੀ ਪਾਈ ਹੁੰਦੀ ਹੈ ਨਾ, ਉਹਦੇ ਉੱਤੇ ਇੱਕ ਲੱਕੜ ਦਾ ਪੁੜ ਜਿਹਾ ਬਣਾ ਕੇ ਰੱਖਿਆ ਹੁੰਦਾ ਵੀ ਮੱਖਣ ਬਾਹਰ ਛਲਕ ਕੇ ਡੁੱਲੇ ਨਾ,
ਉਹ ਵਿੱਚ ਹੀ ਰਹੇ। ਉਹਨੂੰ ਫਿਰ ਕਹਿੰਦੇ ਬੜੇ ਹੀ ਪ੍ਰੇਮ ਨਾਲ, ਬੜੇ ਪਿਆਰ ਨਾਲ ਤੁਸੀਂ ਰਿੜਕਾ ਪਾਉਣਾ ਹੈ ਹੌਲੀ ਹੌਲੀ। ਉਹਨੂੰ ਫਿਰ ਕਹਿੰਦੇ ਨੇ ਬੁਲਾਉਣਾ, ਕੀ ਕਹਿੰਦੇ ਨੇ, ਕਹਿੰਦੇ ਹਰ ਕਾ ਬੁਲਾਉਣਾ ਬੁਲਾਵੋ ਮੇਰੇ ਭਾਈ, ਸਹਿਜ ਬੁਲਾਵੋ ਜੈਸੇ ਤਤ ਨਾ ਜਾਏ। ਕਹਿੰਦੇ ਹੌਲੀ ਹੌਲੀ ਸਹਿਜ ਨਾ ਬੁਲਾਓ, ਰਿੜਕ ਪਾਓ। ਉਹ ਕਿਵੇਂ ਰਿੜਕਾ ਪਾਉਣਾ ਜੀ? ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਪਿਆਰ ਨਾਲ। ਜਦੋਂ ਆਪਾਂ ਰਿੜਕਾ ਪਾਵਾਂਗੇ ਅੰਮ੍ਰਿਤ ਰਸ ਆ ਗਿਆ, ਉਹਨੂੰ ਫਿਰ ਬੁਲਾਉਣਾ। ਕਹਿੰਦੇ ਕਹਿੰਦੇ ਮੇਰੇ ਰਾਮ ਐਸਾ ਖੀਰ ਬਲੋਈਏ, ਗੁਰਮਤ ਮਨੁਆ ਅਸਤਰ ਰੱਖੇ, ਇਨ ਬਿਦ ਅੰਮ੍ਰਿਤ ਪਿਓਈਏ। ਕਹਿੰਦੇ ਮਨ ਨੂੰ ਥਿਰ ਕਰ ਲਓ, ਥਿਰ ਸਮਝੋ ਕਿਹਨੂੰ ਕਹਿੰਦੇ, ਫੁਰਨਿਆਂ ਤੋਂ ਰਹਿਤ ਕਰ ਲਓ, ਵਿਚਾਰਾਂ ਤੋਂ ਰਹਿਤ ਕਰ ਲਓ, ਟੈਨਸ਼ਨਾਂ ਤੋਂ ਰਹਿਤ ਕਰ ਲਓ, ਫਿਕਰ ਸੈਂਸਿਆਂ ਤੋਂ ਰਹਿਤ ਕਰ ਲਓ, ਥਿਰ ਕਰ ਲਓ। ਕਹਿੰਦੇ ਫਿਰ ਉਹ ਅੰਮ੍ਰਿਤ ਰਸ ਮਨ ਦੀ ਖੁਰਾਕ ਮਨ ਨੂੰ ਮਿਲੇਗੀ। ਹੁਣ ਗੁਰਮੁਖ ਪਿਆਰੇ ਉਹ ਅੱਗੇ ਦੱਸ ਰਹੇ ਨੇ, ਕਹਿੰਦੇ ਜੇ ਮਨ ਦੀ ਇੱਛਾ ਹੈ ਕਿ ਮੈਂ ਕਿਤੇ ਤੀਰਥ ਤੇ ਜਾਣਾ, ਇਹਨੂੰ ਬਾਹਰ ਨਾ ਜਾਣਾ ਪਵੇ, ਉਹ ਤੀਰਥ ਦਾ ਪ੍ਰਬੰਧ ਵੀ ਨਿਜ ਮਹਿਲ ਚ ਕਰ ਦਿੱਤਾ। ਆਹ ਜਿਹੜਾ ਸਰੀਰ ਹੈ ਚੰਮ ਦਾ, ਇਹਨੂੰ ਆਪਾਂ ਇਹ ਦ੍ਰਿਸ਼ਮਾਨ ਆ, ਇਹ ਕੀ ਹੈ ਜੀ, ਦ੍ਰਿਸ਼ਮਾਨ। ਇਹਨੂੰ ਲੈ ਕੇ ਕੌਣ ਜਾਂਦਾ, ਇਹਨੂੰ ਕੌਣ ਚਲਾਉਂਦਾ, ਮਨ। ਇਹਨੂੰ ਮਨ ਲੈ ਕੇ ਜਾਂਦਾ ਹੈ, ਜਿਹੜੇ ਦ੍ਰਿਸ਼ਮਾਨ ਤੀਰਥ ਬਣਾਏ ਹੋਏ ਨੇ ਆਪਣੇ, ਜਿਵੇਂ ਗੁਰੂ ਘਰ ਹੋ ਗਏ, ਮੰਦਰ ਹੋ ਗਏ, ਮਸਜਿਦ ਹੋ ਗਈ, ਚਰਚ ਹੋ ਗਈ, ਉੱਥੇ ਲੈ ਕੇ ਜਾਂਦੇ। ਉੱਥੇ ਜਾ ਕੇ ਫਿਰ ਇਹ ਦੇਖਦਾ ਹੈ ਉੱਥੋਂ ਦੇ ਤੀਰਥ ਸਥਾਨਾਂ ਨੂੰ। ਲੇਕਿਨ ਮਨ ਦਾ ਤੀਰਥ ਕਿਹੜਾ ਹੈ? ਉਹ ਹੈ ਨਾਮ। ਕਿਹੜਾ ਤੀਰਥ ਹੈ ਜੀ? ਨਾਮ। ਮਹਾਰਾਜ ਗੁਰਬਾਣੀ ਦੇ ਵਿੱਚ ਆਪਾਂ ਨੂੰ ਕਲੀਅਰ ਕਰ ਦਿੰਦੇ, ਕਹਿੰਦੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਉਹ ਤੀਰਥ ਕਿਤੇ ਦੂਰ ਨਹੀਂ ਹੈ, ਉਹ ਨਾਮ ਸਾਡੇ ਅੰਦਰ, ਅਤੇ ਨਾਮ ਤੀਰਥ ਹੈ। ਸੁਣਿਆ ਮੰਨਿਆ ਮਨ ਗੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਕਿੰਨੇ ਨਹਾਉਣਾ? ਮਨ ਨੇ ਨਹਾਉਣਾ, ਮਨ ਨੇ ਇਸ਼ਨਾਨ ਕਰਨਾ। ਹੁਣ ਗੁਰਮੁਖ ਪਿਆਰੇ ਇਹ ਵੀ ਕਲੀਅਰ ਕਰ ਦਿੱਤਾ, ਕਹਿੰਦੇ ਜਿਸ ਮਨ ਦੇ ਵਿੱਚ ਮਾਲਕ ਨੇ ਕਿਰਪਾ ਕੀਤੀ, ਪਹਿਲਾਂ ਨਾਮ ਪ੍ਰਗਟ ਕੀਤਾ, ਉਹਨੂੰ ਸੁਣਾਇਆ, ਫਿਰ ਆਪ ਵਸ ਗਿਆ, ਫਿਰ ਮਾਲਕ ਆਪ ਵਸ ਗਿਆ, ਨਿਰੰਕਾਰ ਆਪ ਵਸ, ਉਹ ਤਾਂ ਹਰ ਜਗ੍ਹਾ 'ਤੇ ਹੈ ਨਾ, ਅੰਦਰ ਵਸ ਗਿਆ। ਫਿਰ ਕਹਿੰਦੇ ਜਿੱਥੇ ਆਪਾਂ ਜਾਵਾਂਗੇ, ਜਿੱਥੇ ਮਾਲਕ ਵਸਿਆ ਹੋਇਆ, ਜਿੱਥੇ ਉਹ ਜਾਏਗਾ, ਉਹਦੇ ਨਾਲ 68 ਤੀਰਥ ਜਾਣਗੇ। ਤੇ ਜਦੋਂ ਕੋਈ ਗੁਰਮੁਖ ਜਾਂਦੇ ਨੇ ਇੱਕ ਦੂਜੇ ਦੇ ਘਰਾਂ 'ਚ, 68 ਤੀਰਥ ਚੱਲਦੇ ਜੀ ਨਾਲ। ਮਹਾਰਾਜ ਕਹਿੰਦੇ 8-60 ਤੀਰਥ ਤਿਸ ਸੰਗ ਰਹੇ, ਜਿਨ ਹਰ ਹਿਰਦੇ ਰਿਹਾ ਸਮਾਏ। ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ, ਮਨ ਦੇ ਵਿੱਚ ਹਰੀ ਸਮਾਇਆ ਹੋਇਆ, ਮਾਲਕ ਸਮਾਇਆ ਹੋਇਆ, ਕਹਿੰਦੇ ਉਹ ਗੁਰਮੁਖ ਜਿੱਥੇ ਕਿਤੇ ਜਾਂਦਾ ਨਾ, ਉਹਦੇ ਨਾਲ 68 ਤੀਰਥ ਚੱਲਦੇ। ਇਹ ਗੁਰਬਾਣੀ ਗੁਰੂ ਨੇ ਸਿੱਧ ਕੀਤਾ ਕਿ ਤੁਸੀਂ ਵੀ ਵਸਾ ਲਓ ਫਿਰ, ਹੈਂਜੀ, ਬੇਨਤੀ ਕਰੋ ਮਾਲਕ ਨੂੰ, ਦਾਸ ਤੇਰੇ ਕੀ ਬੇਨਤੀ, ਰਿੱਦ ਕਰ ਪ੍ਰਕਾਸ਼। ਵੀ ਪ੍ਰਕਾਸ਼ ਹੋ ਗਿਆ ਮਹਾਰਾਜ ਤੇਰਾ, ਤੇ ਫਿਰ ਅਸੀਂ ਵੀ ਜਿੱਥੇ ਜਾਵਾਂਗੇ, ਸਾਡੇ ਨਾਲ ਵੀ ਤੂੰ ਚੋ ਨਾਲ ਚੱਲੇਗਾ, ਤੇ ਸਾਡੇ ਨਾਲ ਵੀ 68 ਤੀਰਥ ਚੱਲਣਗੇ। ਅੱਛਾ, ਫਿਰ ਅੱਗੇ ਹੋਰ ਦੱਸਿਆ ਵੀ ਜੇ ਮਨ ਨੇ ਤਰਵੈਣੀ ਦੇ ਵਿੱਚ ਇਸ਼ਨਾਨ ਕਰਨਾ, ਵੀ ਉਹ ਵੀ ਆਪਣੇ ਅੰਦਰ, ਇੱਕ ਬਾਹਰ ਬਣਦੀ ਤਰਵੈਣੀ, ਉਹ ਕਿੱਥੇ ਬਣਦੀ ਹੈ ਜੀ? ਜਿੱਥੇ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ। ਤਿੰਨ ਨਦੀਆਂ ਕਿੱਥੇ ਇਕੱਠੀਆਂ ਹੁੰਦੀਆਂ? ਬਾਹਰ, ਅਲਾਹਾਬਾਦ। ਕਿੱਥੇ ਹੁੰਦੀਆਂ ਜੀ? ਅਲਾਹਾਬਾਦ। ਤੇ ਸਾਡੇ ਅੰਦਰ ਜਿੱਥੇ ਇਕੱਠੀਆਂ ਹੁੰਦੀਆਂ, ਇੱਥੇ ਹੁੰਦੀ, ਇੱਥੇ ਤਰਵੈਣੀ ਬਣਦੀ, ਇੱਥੇ ਇਕੱਠੀਆਂ ਹੁੰਦੀਆਂ, ਇੱਥੇ ਤਰਵੈਣੀ ਬਣਦੀ। ਤੇ ਜਿੱਥੇ ਦੋ ਨਦੀਆਂ ਦਾ ਸੰਗਮ ਹੁੰਦਾ, ਉਹਨੂੰ ਪਰਾਗ ਬਣਦਾ, ਉੱਥੇ ਕੀ ਬਣਦਾ? ਪਰਾਗ ਬਣਦਾ। ਇਹ ਫਿਰ ਆਪਾਂ ਨੂੰ ਗੁਰਬਾਣੀ ਦੇ ਵਿੱਚ ਕਲੀਅਰ ਕਰ ਦਿੱਤਾ ਵੀ ਜੇ ਮਨ ਨੇ ਪਰਾਗ ਦੇ ਇਸ਼ਨਾਨ ਕਰਨਾ ਤਾਂ ਵੀ ਅੰਦਰ, ਜੇ ਤਰਵੈਣੀ ਦੇ ਇਸ਼ਨਾਨ ਕਰਨਾ ਤਾਂ ਵੀ ਅੰਦਰ, ਬਾਹਰ ਨਾ ਜਾਣਾ ਪਵੇ, ਨਿੱਜ ਮਹਿਲ ਵਿੱਚ। ਉਹ ਫਿਰ ਗੁਰਬਾਣੀ ਦੇ ਵਿੱਚ ਕਲੀਅਰ ਕੀਤਾ, ਕਹਿੰਦੇ ਈੜਾ ਪਿੰਗਲਾ ਔਰ ਸੁਖਮਣਾ, ਤੀਨ ਬਸੇ ਇੱਕ ਥਾਈ, ਬੇਣੀ ਸੰਗਮ ਤੈ ਪਰਾਗ ਮਨ ਮੰਜਨ। ਮਨ ਮੰਜਨ, ਮਨ ਦਾ ਇਸ਼ਨਾਨ ਹੋਣਾ, ਮਨ ਦੀ ਮਹਿਲ, ਮਨ ਮੰਜਨ ਕਰੇ ਥਾਈ, ਸੰਤੋ ਤਹਾਂ ਨਿਰੰਜਨ ਰਾਮ ਹੈ।
ਇੱਥੇ ਉਹ ਤ੍ਰਿਵੈਣੀ ਪ੍ਰਾਗ ਪਹਿਲਾਂ, ਫਿਰ ਤ੍ਰਿਵੈਣੀ, ਫਿਰ ਇਸ ਤੋਂ ਉੱਪਰ ਨਾਮ ਤੇ ਮਾਲਕ, ਤਾਹਾਂ ਨਿਰੰਜਨ ਰਾਮ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਦੱਸਿਆ ਗਿਆ। ਫਿਰ ਅੱਗੇ ਦੱਸ ਰਹੇ ਨੇ, ਕਹਿੰਦੇ ਜੇ ਮਨ ਦੀ ਇੱਛਾ ਹੈ ਕਿ ਮੈਂ ਅੰਮ੍ਰਿਤਸਰ ਵਿੱਚ ਇਸ਼ਨਾਨ ਕਰਨਾ, ਜਿਵੇਂ ਬਾਹਰ ਹਰਿਮੰਦਰ ਸਾਹਿਬ ਆਪਾਂ ਜਾਂ ਅੰਮ੍ਰਿਤਸਰ ਜਾਂਦੇ ਹਾਂ, ਉਹ ਸਾਡਾ ਅੰਦਰਲਾ ਨਕਸ਼ਾ ਹੈ ਜਿਹੜਾ ਮਨ ਨੂੰ ਬਣਾ ਕੇ ਦਿੱਤਾ ਹੈ 10ਵੇਂ ਦੁਆਰ ਦਾ, ਉਹਨੂੰ ਸੀਨ ਖਿੱਚ ਦਿੱਤਾ ਬਾਹਰ ਸਾਹਿਬ, ਗੁਰਮੁਖ ਆਉਣ ਇੱਥੇ ਦਰਸ਼ਨ ਕਰਨ ਦੇਖਣ, ਤੇ ਅੰਦਰ ਇੱਥੇ ਉੱਥੇ ਆਪਾਂ ਜਾਂਦੇ ਹਾਂ ਦ੍ਰਿਸ਼ਮਾਨ ਸੀ ਲੈ ਕੇ, ਤੇ ਉੱਥੇ ਦੇਖ ਕੇ ਸਾਰਾ ਨਕਸ਼ਾ ਉਹਨੂੰ ਫਿਰ ਆਪਣੇ ਅੰਦਰ ਲੱਭੋ। ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਹਰ ਮੰਦਰ ਮੈਂ ਹਰ ਵਸੇ ਸਰਵ ਨਿਰੰਤਰ ਸੋਏ, ਨਾਨਕ ਗੁਰਮੁਖ ਵਾਂਝੀਏ ਸੱਚਾ ਸੌਦਾ ਹੋਏ। ਉਹ ਫਿਰ ਦੱਸ ਦਿੱਤਾ, ਕਹਿੰਦੇ ਵੀ ਜੇ ਅੰਮ੍ਰਿਤਸਰ ਵਿੱਚ ਇਸ਼ਨਾਨ ਕਰਨਾ, ਉਹ ਜਦੋਂ ਅੰਮ੍ਰਿਤਸਰ ਕਦੋਂ ਬਣਦਾ ਆਪਣੇ ਅੰਦਰ, ਜਦੋਂ ਨਾਮ ਸੁਣਨ ਲੱਗ ਜਾਂਦੇ ਹਾਂ ਤੇ ਯਕੀਨ ਆ ਜਾਂਦਾ, ਜਿੰਨੀ ਦੇਰ ਸੁਣੀ ਜਾਂਦੇ ਹੋ ਤੇ ਉਹਦੇ ਦਿਨ ਮਨ ਦਾ ਇਸ਼ਨਾਨ ਹੋ ਰਿਹਾ। ਕਿੱਥੇ? ਅੰਮ੍ਰਿਤਸਰ। ਮਹਾਰਾਜ ਕਹਿੰਦੇ ਮੈਲ ਗਈ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ। ਕਹਿੰਦੇ ਮਨ ਨਿਰਮਲ ਹੋ ਜਾਏਗਾ, ਮੈਲ ਚਲੀ ਜਾਏਗੀ, ਲਹਿ ਜਾਏਗੀ ਮਨ ਦੀ ਮੈਲ। ਮੈਲ ਗਈ ਮਨ, ਮਨ ਨੇ ਨਿਰਮਲ ਹੋਣਾ ਜੀ, ਤੇ ਮਨ ਨੂੰ ਨਿਰਮਲ ਕਰਨਾ, ਤਨ ਨੂੰ ਜ਼ਿਆਦਾ ਕਰਦੇ ਆ, ਮਨ ਨੂੰ ਘੱਟ ਕਰਦੇ। ਤਨ ਨੂੰ ਕਰਨਾ, ਤਨ ਨੂੰ ਨਿਰਮਲ ਕਰਨਾ ਵੀ ਸਾਡੇ ਤੋਂ ਕੋਈ ਪਰੇਸ਼ਾਨ ਨਾ ਹੋਵੇ, ਸਾਡੇ ਤੋਂ ਸਾਡੇ ਸਰੀਰ ਦੀ ਸਫਾਈ ਹੋਵੇ, ਲੇਕਿਨ ਤਨ ਹੀ ਨਹੀਂ ਸਾਫ਼ ਕਰਦੇ ਰਹਿਣਾ ਵੀ ਖਾਲੀ ਤਨ ਸਾਫ਼ ਕਰ ਕਰਕੇ ਰੱਬ ਮਿਲੇਗਾ, ਨਹੀਂ ਮਿਲਣਾ, ਮਨ ਸਾਫ਼ ਕਰਕੇ ਮਿਲੇਗਾ। ਤੇ ਜਦੋਂ ਮਨ ਸਾਫ਼ ਹੋਏਗਾ ਫਿਰ ਤੁਸੀਂ ਕਦੀ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਤਾਂ ਕੀ ਸੁਣੋਗੇ ਵੀ ਨਹੀਂ, ਤੁਸੀਂ ਹੱਥ ਜੋੜ ਦਿਓਗੇ, ਨਾ ਜੀ ਨਾ, ਕਿਹਦੀ ਕਰਨੀ ਹੈ, ਸਾਰੇ ਚ ਤਾਂ ਮਾਲਕ ਵਸਦਾ। ਜੇ ਕੋਈ ਦੁਬਧਾ ਕਰਦਾ ਕਿਸੇ ਨਾਲ, ਆਪਣੇ ਕੋਲੇ ਗੱਲ ਕੀਤੀ ਤੇ ਆਪਾਂ ਉਹਨੂੰ ਬੇਨਤੀ ਕਰਾਂਗੇ ਵੀ ਆਪਣੇ ਨਾਲ ਗੁਰਮੁਖ ਕੋਈ ਕਰਦਾ ਕਰੀ ਜਾਏ, ਪਰ ਆਪਾਂ ਨਹੀਂ ਕਰਨੀ, ਆਪਾਂ ਨਹੀਂ ਕਰਨੀ ਤੇ ਕਰਨੀ ਵੀ ਨਹੀਂ, ਕਿਉਂਕਿ ਹਰ ਇੱਕ ਵਿੱਚ ਤਾਂ ਮਾਲਕ ਹੈ। ਫਿਰ ਇਸੇ ਤਰ੍ਹਾਂ ਗੁਰਮੁਖ ਪਿਆਰੋ ਆਪਾਂ ਨੂੰ ਇਹ ਸਾਰਾ ਖੇਲ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ। ਫਿਰ ਉਸ ਤੋਂ ਬਾਅਦ ਮਾਲਕ ਮਨ ਬੱਚੇ ਨੂੰ ਕਹਿਣ ਲੱਗੇ, ਕਹਿੰਦੇ ਪੁੱਤ ਹੁਣ ਤੂੰ ਸਾਰਾ ਕੁਛ ਮੇਰੇ ਤੋਂ ਸਮਝ ਲਿਆ, ਤੈਨੂੰ ਗਿਣ ਕੇ ਮੈਂ ਸਾਹ ਦੇ ਦਿੱਤੇ, ਹਨੇ ਹੁਣ ਜਾ ਨਿਜ ਮਹਿਲ ਚੋਂ ਬਾਹਰ ਜਾ। ਤੇ ਮਨ ਨਿਜ ਮਹਿਲ ਚੋਂ ਜਦੋਂ ਬਾਹਰ ਆਉਂਦਾ ਕਿੱਥੇ ਆਉਂਦਾ ਜੀ? ਇੱਥੇ ਆਉਂਦਾ। ਕਿੱਥੇ ਆਉਂਦਾ ਜੀ? ਨੇਤਰਾਂ ਚ ਆਉਂਦਾ, ਮਹਿਲ ਚੋਂ ਇੱਥੇ ਆ ਗਿਆ ਬਾਹਰ। ਕਹਿੰਦੇ ਜਾ ਜਾ ਕੇ ਪਰਜਾ ਦਾ ਹਾਲ ਚਾਲ ਦੇਖ, ਕਿਉਂਕਿ ਤੂੰ ਰਾਜਾ, ਤੇਰੀ ਪਰਜਾ ਹੈ, ਤੂੰ ਦੇਖ ਕੌਣ ਸੁਖੀ ਹੈ ਕੌਣ ਦੁਖੀ ਹੈ, ਦੁਖੀ ਨੂੰ ਸੁੱਖ ਦੇ, ਸੁੱਖ ਸਹੂਲਤਾਂ ਦੇ, ਜਾ ਤੇ ਹਲੀਮੀ ਰਾਜ ਕਰੀ। ਹਲੀਮੀ ਰਾਜ ਕਿਹਨੂੰ ਕਹਿੰਦੇ? ਧਰਮੀ ਰਾਜਾ ਬਣੀ। ਕੀ ਬਣੀ? ਧਰਮੀ ਰਾਜਾ ਬਣੀ। ਤੇ ਉਹ ਫਿਰ ਮਨ ਰਾਜਾ ਨਿੱਜ ਮਹਿਲ ਚ ਜਦੋਂ ਬਾਹਰ ਆਉਣ ਲੱਗਦਾ ਤੇ ਮਾਲਕ ਕਹਿਣ ਲੱਗੇ, ਕਹਿੰਦੇ ਪੁੱਤ ਉਹ ਨਿੱਜ ਮਹਿਲ ਦੇ ਦਰਵਾਜ਼ੇ ਤੇ ਮੈਂ ਹੁਕਮ ਲਿਖ ਦਿੱਤਾ, ਇਹ ਹੁਕਮ ਤੂੰ ਪੜ੍ਹ ਕੇ ਜਾਈ, ਜਦੋਂ ਵਾਪਸ ਆਏਗਾ ਤੇ ਹੁਕਮ ਪੜ੍ਹ ਕੇ ਵਾਪਸ ਆਏ। ਤੇ ਕਹਿਣ ਲੱਗਾ, ਕਹਿੰਦਾ ਜੀ ਜੇ ਮੈਂ ਭੁੱਲ ਗਿਆ, ਜਿਵੇਂ ਬੱਚਾ ਕਾਹਲੀ ਕਾਹਲੀ ਚ ਕਈ ਵਾਰੀ ਆਪਾਂ ਕਈ ਚੀਜ਼ਾਂ ਭੁੱਲ ਜਾਂਦੇ ਹਾਂ ਨਾ, ਆਪਾਂ ਭੁੱਲਦੇ ਰਹੇ, ਪਹਿਲਾਂ ਕਈ ਵਾਰੀ ਬਟੂਆ ਹੀ ਭੁੱਲ ਜਾਂਦੇ, ਅੱਜ ਕੱਲ੍ਹ ਕਈ ਮੋਬਾਇਲ ਭੁੱਲ ਜਾਂਦੇ ਨੇ, ਉਹ ਫਿਰ ਭੱਜਦੇ ਆ ਘਰ ਨੂੰ, ਕਈ ਵਾਰੀ ਗੱਡੀ ਲੈ ਜਾਂਦੇ ਫਿਰ ਵਾਪਸ ਆਉਂਦੇ ਆ ਵੀ ਭੁੱਲ ਗਏ ਕਦੇ। ਤੇ ਮਨ ਕਹਿਣ ਲੱਗਾ ਮਾਲਕ ਨੂੰ ਵੀ, ਕਹਿੰਦਾ ਮਹਾਰਾਜ ਜੇ ਮੈਂ ਭੁੱਲ ਗਿਆ ਵਾਪਸ ਆਉਣ ਦਾ ਰਸਤਾ, ਫਿਰ ਮੈਨੂੰ ਕਿਵੇਂ ਪਤਾ ਲੱਗੇਗਾ? ਫਿਰ ਮਾਲਕ ਕਹਿਣ ਲੱਗੇ, ਕਹਿੰਦੇ ਮੈਂ ਗੁਰੂ ਨੂੰ ਦੱਸਦਾ। ਕਿਹਨੂੰ ਦੱਸਦਾ? ਗੁਰੂ ਦੇ ਰਾਹੀਂ ਆ ਜੀ। ਤੇ ਫਿਰ ਉਹ ਗੁਰਬਾਣੀ ਦੇ ਵਿੱਚ ਕਲੀਅਰ ਕਰ ਦਿੱਤਾ, ਫਿਰ ਮਨ ਗੁਰੂ ਦੇ ਰਾਹੀਂ ਵਾਪਸ ਜਾਂਦਾ। ਜਿਹਨੂੰ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਕਾਇਆ ਕੋਟ ਗੜੇ ਮੇਰਾ ਦਾ ਨੈਬ ਖਵਾਸ ਭਲਾ ਦਰਵਾਜ਼ਾ। ਹੁਣ ਗੁਰਮੁਖ ਪਿਆਰਿਓ, ਮਨ ਬੱਚਾ ਰਾਜਾ ਨਿੱਜ ਮਹਿਲ ਚੋਂ ਬਾਹਰ ਆਇਆ, ਅੰਤਰ ਕੋਟ ਸਜੇ ਹੱਥ ਨਾਲੇ ਆਪੇ ਲੇਵੇ
ਵਸਤ ਸੰਭਾਲੇ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੁਲਾਏਗਾ। ਕਿੰਨੇ ਰਾਹੀਂ ਖੁੱਲੇਗਾ? ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਰਾਹੀਂ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਉਹ ਗੁਰੂ ਦੇ ਰਾਹੀਂ। ਤੇ ਦ੍ਰਿਸ਼ਮਾਨ ਗੁਰੂ ਤੋਂ ਭੇਦ ਲਈ ਤੇ ਉਸ ਗੁਰੂ ਦੇ ਰਾਹੀਂ ਖੋਲ ਕੇ ਆ ਜੀ। ਹੁਣ ਮਨ ਰਾਜਾ ਜਦੋਂ ਨਿੱਜ ਮਹਿਲ ਚੋਂ ਬਾਹਰ ਆਇਆ, ਇੱਥੋਂ ਬਾਹਰ ਆਇਆ, ਕਿੱਥੇ ਆਇਆ? ਨੇਤਰਾਂ ਚ ਆਇਆ। ਕਾਲ ਨੂੰ ਭਿਣਕ ਪੈ ਗਈ ਵੀ ਰਾਜਾ ਆ ਰਿਹਾ। ਜਿਵੇਂ ਅਫਸਰ ਨੇ ਆਉਣਾ ਹੋਵੇ ਨਾ, ਤੇ ਮੁਲਾਜ਼ਮਾਂ ਨੂੰ ਪਤਾ ਲੱਗ ਜਾਵੇ ਵੀ ਸਾਡਾ ਵੱਡਾ ਅਫਸਰ ਆ ਰਿਹਾ, ਕਿਉਂਕਿ ਇੰਨੀ ਭਾਈ ਨਸ ਸ਼ੁਰੂ ਹੋ ਜਾਂਦੀ, ਭਾਈ ਦੌੜ ਸ਼ੁਰੂ ਹੋ ਜਾਂਦੀ, ਆਹ ਕਰ ਲਈਏ ਫਟਾਫਟ, ਐਂ ਕਰ ਲਈਏ, ਐਂ ਕਰ ਲਈਏ। ਜਦੋਂ ਕਾਲ ਨੂੰ ਪਤਾ ਲੱਗਿਆ ਵੀ ਰਾਜਾ ਆ ਰਿਹਾ, ਤੇ ਕਾਲ ਨੇ ਫਟਾਫਟ ਜੋ ਉਹਦੇ ਕੋਲ ਸੁੱਖ ਸਹੂਲਤਾਂ ਸੀ, ਉਹ ਰਾਜੇ ਵਾਸਤੇ ਭੇਟਾ ਚ ਐ ਲੈ ਕੇ ਖੜ ਗਿਆ ਵੀ ਆ ਲਓ ਜੀ। ਤੇ ਰਾਜਾ ਆਇਆ ਬਾਹਰ ਮਹਿਲ ਚ, ਮਨ ਬੱਚਾ ਮਾਲਕ ਦਾ ਮਨ ਰਾਜਾ ਆਇਆ, ਇੱਥੋਂ ਆਇਆ। ਜਦੋਂ ਨੇਤਰਾਂ ਚ ਆਇਆ, ਕਾਲ ਨੇ ਭੇਟਾ ਦਿੱਤੀ। ਉਹ ਹੁਣ ਤੁਸੀਂ ਕਹੋਗੇ ਗੁਰਬਾਣੀ ਚ ਲਿਖਿਆ, ਗੁਰਬਾਣੀ ਚ ਲਿਖਿਆ ਕੀ ਕਹਿੰਦੇ? ਕਹਿੰਦੇ ਜਮ ਕਾਲ ਭੇਟ ਨਿਤ ਹੋਈ, ਜਮ ਕਾਲ ਮਿਲੇ ਤੇ ਭੇਟ ਸੇਵਕ ਨਿਤ। ਇਹ ਸੇਵਾਦਾਰ ਬਣ ਕੇ ਨਾਲ ਨਾਲ ਚੱਲ ਪਿਆ, ਜਿਵੇਂ ਅਫਸਰ ਅੱਗੇ ਅੱਗੇ ਜਾਂਦਾ ਤੇ ਮਗਰ ਮਗਰ ਦੂਸਰੇ ਛੋਟੇ ਮੁਲਾਜ਼ਮ ਜਾਂਦੇ ਆ, ਦੱਸਦੇ ਜਾਂਦੇ ਜੀ ਇੱਥੇ ਆਹ ਵਜ਼ੀਰ ਬਣਾਇਆ ਆਪਾਂ, ਆਹ ਦੇਖੋ ਜੀ ਇੱਥੇ ਆਹ ਬਣਾਇਆ। ਤੇ ਫਿਰ ਜਦੋਂ ਮਨ ਰਾਜਾ ਚੱਲਦਾ ਤੇ ਕਾਲ ਮਗਰ ਮਗਰ ਦੱਸੀ ਜਾਂਦਾ ਜੀ ਆਹ ਦੇਖੋ ਜੀ ਆਹ ਦੇਖੋ। ਤੇ ਕਾਲ ਦੇ ਜਿਹੜੇ ਸਰਦਾਰ ਸੀਗੇ ਕਾਮ ਕਰੋ ਲੋਭ ਮੋਹ ਹੰਕਾਰ, ਉਹਨਾਂ ਨੇ ਵੇਖਿਆ ਵੀ ਸਾਡਾ ਮੁਖੀ ਕਾਲ ਇਹਨੂੰ ਸਲਾਮਾ ਕਰਦਾ, ਤੇ ਉਹਨਾਂ ਨੇ ਵੀ ਵੇਖ ਕੇ ਸਲਾਮ ਕਰਨੀ ਸ਼ੁਰੂ ਕਰ ਦਿੱਤੀ। ਉਹ ਹੁਣ ਗੁਰਬਾਣੀ ਵਿੱਚ ਦੱਸਿਆ, ਕਹਿੰਦੇ ਸਗਲ ਜਗਤ ਕੇ ਪੰਜ ਸਖਦਾਰ, ਰਾਮ ਭਗਤ ਕੇ ਪਾਣੀ ਹਾਰ, ਗੋਬਿੰਦ ਭਗਤ ਕੋ ਕਰੇ ਸਲਾਮ। ਰਾਮ ਭਗਤ ਕੇ ਬਾਣੀ ਹਾਰ, ਜਗਤ ਵਾਸਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ। ਵੀ ਇਹ ਸਾਰੇ ਜਿਹੜੇ ਆਪਾਂ ਭਗਤੀ ਕਰਦੇ ਹਾਂ, ਇਹ ਪੰਜੇ ਜਾਣੇ ਕਾਮ ਕਰੋ ਲੋਭ ਮੋਹ ਹੰਕਾਰ ਉਹਨਾਂ ਦਾ ਪਾਣੀ ਭਰਦੇ ਨੇ, ਪਰ ਜਿਹੜੇ ਭਗਤੀ ਨਹੀਂ ਕਰਦੇ ਮਾਲਕ ਦੀ, ਉਹਨਾਂ ਤੋਂ ਉਹਨਾਂ ਨਾਲ ਧੱਕਾ ਕਰਦੇ, ਉਹਨਾਂ ਨਾਲ ਧੱਕੇ ਨਾਲ ਵਸੂਲੀ ਕਰਦੇ। ਸਗਲ ਜਗਤ ਕੇ ਪੰਜ ਸਖਦਾਰ, ਰਾਮ ਭਗਤ ਕੇ ਪਾਣੀ ਹਾਰ, ਜਗਤ ਵਾਸਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ। ਸਰ ਇਹਨਾਂ ਨੇ ਵੀ ਸਲਾਮ ਕੀਤੀ, ਇਹ ਵੀ ਕਾਲ ਦੇ ਨਾਲ ਨਾਲ ਮਗਰ ਚੱਲ ਪਏ। ਕਾਲ ਨੇ ਤੁਰਿਆ ਆਉਂਦਿਆਂ ਇਹਨਾਂ ਨੂੰ ਇਸ਼ਾਰਾ ਕੀਤਾ ਵੀ ਇਹ ਰਾਜਾ, ਇਹ ਪ੍ਰਜਾ ਦਾ ਹਾਲ ਚਾਲ ਦੇਖਣਾ ਹੈ, ਗੇੜਾ ਮਾਰਨਾ ਹੈ, ਤੇ ਤੁਸੀਂ ਇਉਂ ਕਰੋ ਇਹਦੇ ਜਿਹੜੇ ਸਲਾਹਕਾਰ ਨੇ ਗਿਆਨ ਇੰਦਰੀਆਂ ਤੇ ਕਰਮਚਾਰੀ ਨੇ ਕਰਮ ਇੰਦਰੀਆਂ, ਉਹਨਾਂ ਨੂੰ ਇੰਨੀਆਂ ਸੁੱਖ ਸਹੂਲਤਾਂ ਦੇ ਦਿਓ ਵੀ ਇਹ ਇੱਥੇ ਸਮਝਣ ਵੀ ਇੱਥੇ ਕੋਈ ਦੁਖੀ ਨਹੀਂ ਹੈ, ਸਾਰੇ ਸੁਖੀ ਨੇ। ਤੇ ਮਨ ਰਾਜੇ ਨੂੰ ਵੀ ਸੁੱਖ ਸਹੂਲਤਾਂ ਦੇ ਦਿੱਤੀ। ਸੁੱਖ ਸਹੂਲਤਾਂ ਦੇ ਵਿੱਚ ਮਨ ਰਾਜਾ ਵੀ ਸੌਂ ਗਿਆ ਤੇ ਉਹਦੇ ਸਲਾਹਕਾਰ ਵੀ ਸੌਂ ਗਏ ਤੇ ਉਹਦੇ ਕਰਿੰਦੇ ਜਿਹੜੇ ਸੀ ਕਰਮਚਾਰੀ ਉਹ ਵੀ ਸੌਂ ਗਏ। ਕਿੱਥੇ ਕਿੱਥੇ ਸੌਂ ਗਏ ਇਹ ਹੁਣ ਗੁਰਬਾਣੀ ਚ ਦੱਸਿਆ ਕੌਣ ਕੌਣ ਸੌਂ ਗਿਆ। ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਅੱਖਾਂ ਸੌਂ ਗਈਆਂ, ਕਿਵੇਂ? ਮਾਲਕ ਨੂੰ ਨੀ ਦੇਖਦੀਆਂ, ਪਰਾਇਆ ਤਨ ਪਰਾਇਆ ਧਨ ਦੇਖਦੀਆਂ। ਕੀ ਦੇਖਦੀਆਂ? ਪਰਾਇਆ ਤਨ ਤੇ ਪਰਾਇਆ ਧਨ ਦੇਖਦੀਆਂ। ਦ੍ਰਿਸ਼ਟ ਵਿਕਾਰ ਨੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਰਸਨਾ ਸੋਈ ਲੋਕ ਮਿੱਠੇ ਸਾਧ। ਜਿਹੜੀ ਰਸਨਾ ਸੀ ਜਿਹਨੇ ਅੰਮ੍ਰਿਤ ਰਸ ਚੱਖਣਾ ਸੀ, ਇਹ ਰਸਨਾ ਤੂੰ ਅੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਉਹ ਬਾਹਰਲੇ ਸਵਾਦਾਂ ਵਿੱਚ, ਆਪਾਂ ਬਾਹਰ ਕਿੰਨਾ ਟੇਸਟ ਨਾਲ ਚੀਜ਼ਾਂ ਖਾਂਦੇ ਹਾਂ, ਉਹ ਸਵਾਦਾਂ ਦੇ ਵਿੱਚ ਲਾਏ। ਸਰਵਣ ਸੋਏ ਸੁਣ ਨਿੰਦ ਵਿਚਾਰ, ਜਿਹੜੇ ਕੰਨ ਸੀ ਉਹ ਕਿਹਦੇ 'ਚ ਸੌਂ ਗਏ ਜੀ? ਨਿੰਦਿਆ ਚੁਗਲੀ ਸੁਣ ਵਿੱਚ ਮਸਤ ਹੋ ਗਏ, ਚਸਕੇ ਦੇ ਨਾਲ ਗੱਲਾਂ ਸੁਣਨੀਆਂ ਕਿਸੇ ਵੀ ਧੁੰਦ ਵਿੱਚ। ਪਰ ਮਹਾਰਾਜ ਨੇ ਇਹਨਾਂ ਨੂੰ ਵੀ ਹਦਾਇਤ ਕੀਤੀ ਹੈ, ਕਹਿੰਦੇ ਤੈਨੂੰ ਲਾਇਆ ਤਾਂ ਸੀਗਾ ਵੀ ਤੂੰ ਸੱਚੀ ਬਾਣੀ ਸੁਣੀ, ਪਰ ਤੂੰ ਕੀ ਸੁਣ ਲੱਗ ਗਿਆ? ਕਹਿੰਦੇ ਇਹ ਸਰਵਣੋ ਮੇਰੇ ਉਹ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ, ਕਹਿੰਦੇ ਤਾਂ ਲਾਇਆ ਸਰੀਰ ਨਾਲ, ਸੁਣੋ ਸਤ ਬਾਣੀ।
ਸਤ ਬਾਣੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੱਚ ਕਹਿੰਦੇ ਨੇ, ਸਤ ਕਹਿੰਦੇ ਨੇ, ਉਹਦੀ ਆਵਾਜ਼ ਸੁਣੋ ਸੁਣੋ ਸਤ ਬਾਣੀ। ਹੁਣ ਗੁਰਮੁਖ ਪਿਆਰਿਓ ਇੱਥੇ ਫਿਰ ਇੰਨੀਆਂ ਸੁੱਖ ਸਹੂਲਤਾਂ ਦਿੰਦੇ ਨੇ ਇਹ ਵੀ ਆਪਣਾ ਮਨ ਜਿਹੜਾ ਉਹ ਵਿਚਾਰਾਂ 'ਚ ਸੌਂ ਜਾਂਦਾ, ਅਤੇ ਜਿੰਨੇ ਵੀ ਆਪਾਂ ਇੱਥੇ ਰਾਜੇ ਆਏ ਹੋਏ ਹਾਂ ਸਾਰੇ ਰਾਜੇ ਸਵਾਤੇ, ਸਾਰੇ ਸੰਸਾਰ ਦੇ ਸਾਰੇ ਜਗਤ ਦੇ ਜਿੰਨੇ ਆਪਾਂ ਆਏ ਹੋਏ ਹਾਂ ਸਾਰੇ ਸੌਂ ਗਏ। ਕਿੱਥੇ ਸੌਂ ਗਏ? ਮਹਾਰਾਜ ਕਹਿੰਦੇ ਤੀਂ ਗੁਣੀ ਸੰਸਾਰ ਭਰਮ ਸੁੱਤਾ, ਸੰਸਾਰ ਸਾਰਾ ਸੰਸਾਰ ਭਰਮ ਸੁੱਤਾ, ਤਿੰਨਾਂ ਗੁਣਾਂ ਨੇ ਸੁੱਤਿਆਂ ਰਹਿਣ ਵਿਹਾਨੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਨ ਮਨ ਨੂੰ ਕਹਿੰਦੇ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਹਰੀ ਆਪ ਵਸ ਗਏ, ਕਹਿੰਦੇ ਫਿਰ ਉਹ ਅੰਮ੍ਰਿਤ ਬਾਣੀ ਬੋਲਣਗੇ, ਅੰਮ੍ਰਿਤ ਬਾਣੀ ਮਾਲਕ ਦੀ ਗੱਲ ਕਰਨਗੇ, ਹੋਰ ਨਹੀਂ ਕਿਸੇ ਦੀ ਗੱਲ ਕਰਨਗੇ, ਝੂਠ ਦੀ ਗੱਲ ਨਹੀਂ ਕਰਨਗੇ, ਨਿਰੰਕਾਰ ਦੀ ਗੱਲ ਕਰਨਗੇ, ਇੱਕ ਦੀ ਗੱਲ ਕਰਨਗੇ, ਸੱਚ ਦੀ ਗੱਲ ਕਰਨਗੇ। ਇਹ ਹੁਣ ਗੁਰਮੁਖ ਪਿਆਰਿਓ ਫਿਰ ਇੱਥੇ ਦੱਸ ਦਿੱਤਾ, ਉਦਾਹਰਨ ਦੇ ਦਿੱਤੀ, ਕਹਿੰਦੇ ਜਿਸ ਤਰ੍ਹਾਂ ਇੱਕ ਮੌਕੇ ਦਾ ਰਾਜਾ ਉਹ ਸਿੰਘਾਸਨ ਤੇ ਬੈਠਾ, ਰਾਜਾ ਹੈ ਮੌਕੇ ਦਾ, ਲੇਕਿਨ ਆਪਣੇ ਸਿੰਘਾਸਨ ਤੇ ਬੈਠਾ, ਬੈਠੇ ਨੂੰ ਨੀਂਦ ਆ ਗਈ, ਉਹਦੀ ਅੱਖ ਲੱਗ ਗਈ, ਨੀਂਦ ਆਈ, ਨੀਂਦ ਵਿੱਚ ਸੁਪਨਾ ਚੱਲਿਆ, ਸੁਪਨੇ ਦੇ ਵਿੱਚ ਭਿਖਾਰੀ ਬਣ ਕੇ ਮੰਗਦਾ, ਸੁਪਨੇ ਵਿੱਚ ਭਿਖਾਰੀ ਬਣ ਕੇ ਮੰਗਦਾ। ਕਹਿੰਦੇ ਇਹ ਹਾਲਤ ਸਾਡੇ ਮਨ ਦੀ ਕਾਲ ਨੇ ਤੇ ਕਾਲ ਦੇ ਦੂਤਾਂ ਨੇ ਕਰਤੀ ਸੀ, ਰਾਜਾ ਤ੍ਰੈਗੁਣੀ ਵਿਚਾਰਾਂ 'ਚ ਸਵਾ ਦਿੱਤਾ ਤੇ ਮੰਗਦਾ ਬਣ ਕੇ ਉਹਨਾਂ ਤੋਂ ਮੰਗੀ ਜਾਂਦਾ ਸੀ ਰਾਜਾ। ਉਹ ਫਿਰ ਉਦਾਹਰਨ ਦਿੱਤੀ, ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਸਤਰਾਜ ਬਿਸ਼ਰਤ ਦੁੱਖ ਪਾਇਆ, ਸੋ ਗਏ ਦੁਪਈ ਹਮਾਰੀ। ਹੁਣ ਆਪਾਂ ਸਾਰਿਆਂ ਨੇ ਆਪਦਾ ਰਾਜ ਭਾਗ ਜਿਹੜਾ ਉਹ ਕਾਇਮ ਕਰਨਾ, ਉਹ ਕਾਇਮ ਕਰਨਾ, ਤੇ ਇਸ ਤੋਂ ਉੱਪਰ ਫਿਰ ਆਪਾਂ ਜਦੋਂ ਬਣਾਂਗੇ ਇੱਥੇ ਜਾ ਕੇ ਸਾਨੂੰ ਅਵਿਨਾਸ਼ੀ ਰਾਜ ਦੀ ਪ੍ਰਾਪਤੀ ਹੋਏਗੀ। ਕਿਹੜੀ ਪ੍ਰਾਪਤੀ ਹੋਏਗੀ? ਅਵਿਨਾਸ਼ੀ, ਮਾਲਕ ਕੋਲੇ ਚਲੇ ਜਾਵਾਂਗੇ, ਅਵਿਨਾਸ਼ੀ ਰਾਜ ਪ੍ਰਾਪਤ ਹੋ ਜਾਏਗਾ। ਸੋ ਗੁਰਮੁਖ ਪਿਆਰਿਓ ਇਹ ਖੇਡ ਅਲੱਗ ਅਲੱਗ ਪੁਆਇੰਟ ਨੇ, ਜਿਵੇਂ ਅੱਜ ਆਪਾਂ ਮਨ ਰਾਜੇ ਦੀ ਗੁਰਬਾਣੀ ਦੇ ਵਿੱਚੋਂ ਸ਼ਬਦ ਲੈ ਕੇ ਕੋਈ ਕਿਤੋਂ ਕੋਈ ਕਿਤੇ ਕਹਾਣੀ ਬਣਾ ਲਈ, ਕੱਢ ਕੇ ਕਹਾਣੀ ਬਣਾ ਲਈ। ਇਸੇ ਤਰ੍ਹਾਂ ਕਿਸੇ ਦਿਨ ਆਪਾਂ ਵਿਚਾਰ ਕਰਦੇ ਹਾਂ ਜੀ, ਕਿਸੇ ਨੇ ਘਰ ਬਣਾਇਆ ਤੇ ਉਹ ਕਹਿੰਦੇ ਜੀ ਘਰੇ ਤੁਸੀਂ ਕਥਾ ਕਰਨੀ ਹੈ ਜੀ, ਅਸੀਂ ਨਵਾਂ ਘਰ ਮਕਾਨ ਬਣਾਇਆ। ਉੱਥੇ ਫਿਰ ਆਪਾਂ ਗੁਰਬਾਣੀ ਦੇ ਵਿੱਚੋਂ ਕਹਾਣੀ ਇਹੀ ਸਮਝਾਉਣੀ ਹੈ, ਲੇਕਿਨ ਘਰ ਤੋਂ ਲੈ ਕੇ ਮਨ ਨੂੰ ਕਿਹੜਾ ਘਰ ਬਣਾ ਕੇ ਦਿੱਤਾ? ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ, ਉਹ ਉਸ ਤਰ੍ਹਾਂ ਸਮਝਾਉਣੀ ਹੈ। ਫਿਰ ਹੁਣ ਕਈ ਵਾਰੀ ਘਰੇ ਕੋਈ ਬੱਚਾ ਜਨਮ ਲੈਂਦਾ, ਅਗਲਾ ਕਹਿੰਦਾ ਜੀ ਸਾਡੇ ਘਰੇ ਕਥਾ ਕਰਨੀ, ਉੱਥੇ ਆਪਾਂ ਕਹਾਣੀ ਇਹੀ ਸਮਝਾਉਣੀ ਹੈ, ਲੇਕਿਨ ਬੱਚੇ ਦਾ ਜਨਮ ਫਿਰ ਉਹ ਆਪਾਂ ਦੱਸਣਾ ਵੀ ਮਨ ਦਾ ਜਨਮ ਕਿੱਥੋਂ ਹੋਇਆ, ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ ਤੇ ਜਨਮਾ, ਉਹ ਵਿਸ਼ੇ ਬਣ ਗਏ ਨਾ, ਅਲੱਗ ਅਲੱਗ ਪੁਆਇੰਟ ਬਣ ਗਏ। ਹੁਣ ਇੱਕ ਪੁਆਇੰਟ ਆਉਂਦਾ ਮਰਗ ਦਾ, ਸਾਰਿਆਂ ਨੇ ਜਾਣਾ, ਉੱਥੇ ਇਧਰਲੀਆਂ ਉਧਰਲੀਆਂ ਕਹਾਣੀਆਂ ਸੁਣਾਈ ਜਾਂਦੀਆਂ, ਪਰ ਕਦੇ ਕਦੇ ਕਿਸੇ ਨੇ ਦੱਸਿਆ ਵੀ ਜਦੋਂ ਅੰਤਿਮ ਸਮਾਂ ਆਏਗਾ ਉਸ ਤੋਂ ਪਹਿਲਾਂ ਸਾਨੂੰ ਕੀ ਮਹਿਸੂਸ ਹੋਏਗਾ, ਕਿੱਥੇ ਗੰਢ ਬੰਨੀ ਹੋਈ ਹੈ, ਜਿਹੜੀ ਗੰਢ ਖੋਲ ਦਿੱਤੀ ਜਾਏਗੀ, ਆ ਜੰਮ ਦਾ ਸਰੀਰ ਵੱਖ ਹੋ ਜਾਏਗਾ, ਦੂਸਰਾ ਸਰੀਰ ਵੱਖ ਹੋ ਜਾਏਗਾ, ਇਹ ਭੇਦ ਦਿੱਤਾ ਜੀ ਕਿਸੇ ਨੇ, ਹਾਂਜੀ ਆਹੀ ਤਾਂ ਭੇਦ ਲੈਣਾ। ਇਹ ਭੇਦ ਲੈਣ ਦੀ ਬਜਾਏ ਆਪਾਂ ਵਾਦ ਵਿਵਾਦ ਚ ਕਿਉਂ ਪਈਏ, ਕੀ ਲੋੜ? ਆਪਦਾ ਅੱਗਾ ਸਵਾਰੋ, ਆਪਦਾ ਅੱਗਾ ਸਵਾਰੋ, ਅੱਗਾ ਮਤਲਬ ਮਾਲਕ ਕੋਲੇ ਜਾਈਏ, ਮਾਲਕ ਨੂੰ ਮਿਲ ਗਏ ਤਾਂ ਅੱਗਾ ਸਵਾਰਿਆ ਗਿਆ, ਜੇ ਨਾ ਮਿਲੇ ਤਾਂ ਮੁੜ ਕੇ ਫਿਰ ਘੁੰਮ ਕੇ ਜੂਨਾਂ 'ਚ ਆ ਜਾਵਾਂਗੇ। ਅਤੇ ਹੁਣ ਮੌਕਾ ਤੁਮਰੀ ਕਿਰਪਾ ਤੇ ਮਾਨਕ ਦੇ ਪਾਈ ਹੈ, ਦੇਹੋ ਦਰਸ ਹਰ ਰਾਇ, ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਮਨੁੱਖਾ ਦੇਹੀ ਮਿਲੀ ਹੈ, ਮੈਨੂੰ ਹੁਣ ਦਰਸ਼ਨ ਦੇ। ਅਤੇ ਜਦੋਂ ਤੁਸੀਂ ਬੇਨਤੀ ਕਰੋਗੇ ਤੇ ਕਿਵੇਂ ਨਹੀਂ ਦਰਸ਼ਨ ਦੇ, ਤੁਸੀਂ ਪਿਆਰ ਨਾਲ ਤੜਫ ਪੈਦਾ ਹੋ ਗਈ ਤੇ ਉਹ ਦਰਸ਼ਨ ਦਿੰਦਾ ਹੈ। ਕਈ ਵਾਰੀ ਇੰਤਜ਼ਾਰ ਕਰਾ ਲੈਂਦਾ, ਥੋੜ੍ਹਾ ਜਿਹਾ ਟਾਈਮ ਲਾ ਲੈਂਦਾ,
ਦੇਖਦਾ ਹੈ ਕਿ ਕਿੰਨੀ ਕੁ ਦੇਰ ਵੇਟ ਕਰਦਾ ਮੇਰੀ, ਕਿਉਂਕਿ ਆਪਾਂ ਵੀ ਵੇਟ ਬੜੀ ਕਰਾਈ। ਕਿੰਨੀ ਵੇਟ ਕਰਾਈ? 3 ਯੁੱਗ। ਕਿੰਨੀ ਵੇਟ ਕਰਾਈ ਜੀ? 3 ਯੁੱਗ। ਤੇ ਉਹਨੇ ਵੀ ਦੇਖਣਾ ਵੀ ਕਿੰਨਾ ਕੁ ਪਲਾ ਦੇਖਦੇ ਹਾਂ। ਫਿਰ ਆਪਾਂ ਕਹਿੰਦੇ ਜੀ ਇਹਦੇ ਵੀ ਕੁਛ ਗੱਲ ਨੀ ਬਣਿਆ, ਪ੍ਰਕਾਸ਼ ਨੀ ਹੋਇਆ ਹੈ। ਵੇਟ ਕਰਾ ਕੇ ਫਿਰ ਜਦੋਂ ਕਰਮ ਤੇ ਆਉਂਦਾ ਜੀ, ਫਿਰ ਕਰਦ ਸਾਰਾ ਹੀ ਭੇਦ ਖੋਲ ਦਿੰਦਾ ਹੈ ਨਾ। ਇਸ ਕਰਕੇ ਗੁਰਬਾਣੀ ਗੁਰੂ ਤੇ ਭਰੋਸਾ ਰੱਖਦਿਆਂ ਹੋਇਆ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣਾ। ਕਿਹਨੂੰ ਮਿਲਣਾ? ਜਿਹੜਾ ਆਪਣਾ ਪਿਤਾ ਰਾਜਿਆਂ ਦਾ ਰਾਜਾ, ਉਹਨੂੰ ਮਿਲਣਾ। ਠੀਕ ਹੈ ਜੀ? ਇਹ ਮਨ ਵਿੱਚ ਠਾਣ, ਇੱਕ ਠਾਣ ਲੈਣੀ ਹੈ ਕਿ ਸੱਚੇ ਪਾਤਸ਼ਾਹ ਤੈਨੂੰ ਮਿਲਣਾ, ਤੂੰ ਮਿਲੇਗਾ। ਮਿਲਣ ਵਾਸਤੇ ਸਭ ਤੋਂ ਪਹਿਲਾਂ ਹੁਣ ਆਪਾਂ ਆਏ ਹੋਏ ਹਾਂ। ਮਨ ਕਿੱਥੇ ਆਏ ਹੋਏ ਆ? ਨਿਜ ਮਹਿਲ ਚੋਂ ਬਾਹਰ ਆ ਗਏ ਸੀ। ਪਰ ਜਿਨ੍ਹਾਂ ਦਾ ਮਨ ਵਿਚਾਰਾਂ ਤੋਂ ਰਹਿਤ ਹੋ ਕੇ ਸੁੰਦਰ ਹੈ, ਉਹ ਬੈਠੇ ਰਹੇ ਮਹਿਲ ਵਿੱਚ, ਬੈਠ ਕੇ ਸੁਣਿਆ ਉਹਨਾਂ ਨੇ। ਹਾਂਜੀ, ਤੇ ਚਲੋ ਫਿਰ ਵੀ ਆਪਾਂ ਮੰਨ ਲੈਂਦੇ ਵੀ ਆਪਾਂ ਮਨ ਆ ਗਿਆ ਇੱਧਰ, ਦੁਨੀਆਦਾਰੀ ਚ ਆ ਗਿਆ, ਕਾਲ ਦੇ ਲਾ ਕੇ ਚ ਆ ਗਿਆ। ਲੇਕਿਨ ਹੁਣ ਵਾਪਸ ਜਾਣਾ ਹੈ। ਕਿੱਥੇ? ਮਹਿਲ ਚ ਜਾਣਾ ਹੈ। ਕਿੱਥੇ ਜਾਣਾ ਹੈ? ਮਹਿਲ ਵਿੱਚ ਜਾਣਾ ਹੈ। ਹੁਣ ਵਾਪਸ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏਗਾ। ਉਹ ਮਹਿਲ ਕਿੱਥੇ ਆ? ਕਹਿੰਦੇ ਜਿਹੜਾ ਮਾਲਕ ਦਾ ਵੱਡਾ ਮਹਿਲ ਆ, ਕਹਿੰਦੇ ਉੱਚੋ ਥਾਨ ਸੁਹਾਵ ਨੂੰ, ਉੱਚੋ ਥਾਨ ਸੁਹਾਵ ਨੂੰ, ਉੱਪਰ ਮਹਿਲ ਮੁਰਾਰ, ਸੱਚ ਕਰਨੀ ਤੇ ਪਾਈਏ ਦਰ ਕਰ ਮਹਿਲ ਪਿਆਰ। ਆਓ ਹੁਣ ਗੁਰਮੁਖ ਪਿਆਰੇ ਵਾਪਸ ਜਾਈਏ ਆਪਾਂ, ਘਰੋਂ ਆਏ ਹਾਂ। ਫਿਰ ਕੌਣ ਆਇਆ? ਮਨ। ਆ ਹੇਟਾਂ ਰੋਡਿਆਂ ਦੇ ਘਰਾਂ ਜਿਹੜੇ ਮੈਂ ਜੀਟੀ ਰੋਡ ਤੇ ਰਹਿੰਦਾ, ਮੈਂ ਉੱਥੋਂ ਆਇਆ। ਇਹ ਨਹੀਂ ਕਿ ਮੇਰਾ ਘਰ ਜਿਹੜਾ ਉੱਥੇ ਬਣਾਇਆ, ਮੇਰੇ ਇਹ ਉਹ ਮੇਰੇ ਤਨ ਦਾ ਘਰ ਆ। ਜਿੱਥੋਂ ਜਿੱਥੋਂ ਤੁਸੀਂ ਆਏ ਹੋ ਆਪਦੇ ਘਰਾਂ ਚੋਂ ਸਰੀਰਕ ਤੌਰ ਤੇ, ਉਹ ਤੁਹਾਡੇ ਤਨ ਦੇ ਘਰ ਨੇ। ਕਿਹਦੇ ਘਰ ਨੇ? ਤਨ ਦੇ। ਤੇ ਮਨ ਦਾ ਘਰ ਸਾਰਿਆਂ ਦਾ ਇੱਕੋ ਹੀ ਹੈ, ਕਿਉਂਕਿ ਮਾਤਾ ਪਿਤਾ ਇੱਕ ਹੀ ਹੈ। ਵਾਪਸ ਮਨ ਨੇ ਜਾਣਾ ਹੈ, ਜਿੱਥੋਂ ਆਇਆ ਸੀ ਉੱਥੇ ਜਾਣਾ। ਵਾਪਸ ਜਾਣ ਦਾ ਇੱਕ ਤਰੀਕਾ ਹੈ, ਥੋੜਾ ਜਿਹਾ ਮਨ ਜਿਹੜਾ ਇੱਧਰ ਉੱਧਰ ਜਾਂਦਾ ਵਿਚਾਰਾਂ ਚ, ਉਹਨੂੰ ਜਾਣ ਨਹੀਂ ਦੇਣਾ। ਉਹਨੂੰ ਇੱਧਰ ਉੱਧਰ ਜਾਣ ਤੋਂ ਰੋਕਣ ਵਾਸਤੇ ਸਪੋਰਟ ਲਾਉਣੀ ਹੈ। ਕੀ ਲਾਉਣੀ? ਨਹੀਂ ਵੀ ਇੱਧਰ ਨਹੀਂ ਜਾਣਾ, ਰੋਕਣਾ ਇੱਧਰ ਨਹੀਂ ਜਾਣਾ, ਰੋਕਣਾ। ਮਤਲਬ ਕਿ ਫੁਰਨਾ ਆਏਗਾ, ਫੁਰਨੇ ਨੂੰ ਰੋਕਣਾ, ਕਿਸੇ ਤਰ੍ਹਾਂ ਦਾ ਵੀ ਫੁਰਨਾ ਆ ਸਕਦਾ। ਉਹਦੇ ਲਈ ਫਿਰ ਆਪਾਂ ਕੀ ਕਰਦੇ ਹਾਂ? ਬੜੇ ਹੀ ਪਿਆਰ ਨਾਲ ਬੋਲਦੇ ਹਾਂ। ਵਾ ਬੋਲਿਆ, ਕੰਨ ਦੇ ਨਾਲ ਆਵਾਜ਼ ਸੁਣੀ। ਕੀ ਸੁਣਿਆ? ਵਾਹੇ ਸੁਣਿਆ। ਵਾਹ, ਸਮਝ ਲਓ ਵੀ ਮਨ ਇੱਧਰ ਉੱਧਰ ਨਹੀਂ ਗਿਆ। ਫਿਰ ਆਪਾਂ ਕੀ ਬੋਲੇ? ਗੁਰੂ। ਗੁਰੂ ਬੋਲ ਕੇ ਗੁਰੂ ਦੀ ਆਵਾਜ਼ ਕਾ ਆਪਣੇ ਕੰਨ ਨਾਲ ਸੁਣ ਲਈ, ਸਮਝ ਲਓ ਮਨ। ਜੇ ਸੁਣ ਲਈ ਤੇ ਇੱਧਰ ਉੱਧਰ ਨਹੀਂ ਗਿਆ, ਤੇ ਜੇ ਨਹੀਂ ਸੁਣ ਰਹੇ ਤੇ ਸਮਝ ਲਓ ਗਿਆ, ਨਿਕਲ ਗਿਆ। ਬੜਾ ਤੇਜ਼ ਹੈ, ਖੜਦਾ ਨਹੀਂ, ਕਿਉਂਕਿ ਮਾਲਕ ਦਾ ਬੱਚਾ ਹੈ ਨਾ। ਉਹ ਤਾਂ ਕਹਿੰਦਾ ਪੁੱਤ ਬੈਠ ਪਰ ਨਿਕਲ ਜਾਂਦਾ ਹੈ। ਤੇ ਇਹਨੂੰ ਪਾਉਣਾ ਹੈ ਆਪਾਂ। ਜੇ ਸੁਣਦਾ ਹੈ ਤਾਂ ਸਮਝ ਲਓ ਬੈਠਾ, ਜੇ ਸੁਣਦਾ ਹੈ ਤਾਂ ਸਮਝ ਲਓ ਬੈਠਾ, ਤੇ ਜੇ ਨਹੀਂ ਸੁਣਦਾ ਤੇ ਸਮਝ ਲਓ ਭੱਜਿਆ ਕਰਦਾ। ਕਿੱਥੇ? ਵਿਚਾਰਾਂ ਚ। ਤੇ ਜਦੋਂ ਹੁਣ ਆਪਾਂ ਵਾਪਸ ਜਾਵਾਂਗੇ